ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜਿਉਂ ਆਇਆਂ। ਮੈਂ ਹਰਜਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਪਾਤਰ ਦਾ ਇੱਕ ਸ਼ੇਰ ਆ, ਕੁਝ 17 ਨੇ, ਆਉਣ ਦਿਓ। ਉਹ ਕਹਿੰਦਾ ਕਿ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ। ਕੀ ਬਾਤ ਹੈ। ਕਹਿੰਦਾ ਉਸ ਦੀਆਂ ਗੱਲਾਂ ਸੁਣੋ ਕਿ ਰੰਗ ਕੀ ਕੀ ਰੌਸ਼ਨੀ, ਪਰ ਹੈ ਗੱਲਬਾਤ ਅਤੇ ਕਿਰਦਾਰ ਵਿਚਲਾ ਫਾਸਲਾ। ਇਹਦੇ 'ਚ ਜੇ ਕੁਛ ਕਾਮਸ਼ਾਂ ਹੋ ਜੇ ਤਾਂ ਮਾਫ਼ੀ, ਪਰ ਗੱਲ ਬੜੀ ਕਲੀਅਰ ਆ। ਗੱਲਬਾਤ ਅਤੇ ਔਕਾਤ ਵਿਚਲਾ ਫਾਸਲਾ, ਗੱਲਬਾਤ ਅਤੇ ਕਿਰਦਾਰ ਵਿਚਲਾ ਫਾਸਲਾ, ਕਿਰਦਾਰ ਵਿਚਲਾ ਫਾਸਲਾ, ਜਾਂ ਕਿਰਦਾਰ ਅੱਗੇ ਲਾ ਲਓ ਜਾਂ ਗੱਲਬਾਤ ਅੱਗੇ ਲਾ ਲਓ, ਗੱਲ ਇੱਕੋ ਹੀ ਆ। ਲੇਕਿਨ ਸਰਦਾਰ ਸਾਹਿਬ, ਜਦੋਂ ਸਾਡੇ ਸਿਆਸਤਦਾਨ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਆਦਰਸ਼ਕ ਤੂੰ ਮੇਰੀ ਜਾਂਚ ਕਰਾ ਲਾ, ਆਪਾਂ ਦੋਵੇਂ ਸਾਈਨ ਕਰ ਲੈਂਦੇ ਹਾਂ, ਤੂੰ ਐਪਲੀਕੇਸ਼ਨ ਲਿਖ ਕੇ ਲੈ ਲਿਆ ਹਾਈ ਕੋਰਟ ਕੋਲ, ਚੱਲ ਜਾਂਦੇ ਚੀਫ ਜਸਟਿਸ ਕੋਲ, ਅੱਛਾ ਪਹਿਲ ਕੋਈ ਨਹੀਂ ਕਰਦਾ, ਨੂਰਾ ਕੁਸ਼ਤੀ ਖੇਡੀ ਜਾਂਦੇ ਆ। ਅਤੇ ਕੁਸ਼ਤੀ ਵੇਖਣ ਨੂੰ ਬੜਾ ਜੀ ਕਰਦਾ ਵੈਸੇ। ਮੈਂ ਤਾਂ WWE ਵਾਲੀ ਜਿਹੜੀ ਉਹ ਹੈ ਨਾ ਖੇ ਆਪਣਾ ਅਮੈਰੀਕਨਸ ਦੀ ਗੇਮ, ਮੈਂ ਬੜੀ ਗੌਰ ਨਾਲ ਵੇਖਦਾ। ਮੈਨੂੰ ਪਤਾ ਹੁੰਦਾ ਇਹਦੇ 'ਚ ਕਿ ਜਿੱਤਾਰ ਦਾ ਫੈਸਲਾ ਪਹਿਲਾਂ ਨਿਰਧਾਰਤ ਆ, ਪਰ ਸਵਾਦ ਬੜਾ ਆਉਂਦਾ। ਗੱਲ ਪਤਾ ਕੀ ਆ, ਤੁਸੀਂ ਜੋ ਮਰਜ਼ੀ ਕਹੋ, ਲੇਕਿਨ ਜਿਸ ਹਿਸਾਬ ਨਾਲ ਆ 2020 ਚੜਿਆ ਨਾ, ਕਈ ਵਾਰੀ ਮੈਨੂੰ ਲੱਗਦਾ ਕਿ ਸਿਆਸਤਦਾਨ ਜਿਹੜੇ ਨੇ ਨਾ, ਜਾਂ ਗਾਉਣ ਪਾਸੇ ਤੁਰ ਪਏ ਨੇ ਜਾਂ ਵਜਾਉਣ ਪਾਸੇ ਤੁਰ ਪਏ ਨੇ। ਇਹ ਵਜਾਉਂਦੇ ਦੂਜੇ ਨੂੰ ਆ ਨਾ, ਆਪਣੇ ਘਰ ਵੱਲ ਨੂੰ ਨਹੀਂ ਆਉਂਦੇ, ਗਾਉਂਦੇ ਆਪਣਾ ਰਾਗ ਆ, ਰਾਗ ਆਪਣਾ ਗਾਉਂਦੇ। ਔਰ ਸ਼ਾਇਦ ਕਈ ਦਿਨਾਂ ਤੋਂ ਅਸੀਂ ਗੱਲ ਕਰਦੇ ਪਏ ਹਾਂ ਵੀ ਨਵਜੋਤ ਸਿੱਧੂ ਜਿਹੜਾ ਖਾਮੋਸ਼ ਆ, ਫਿਰ ਸੋਚਣ ਦਾ ਆਉਂਦਾ ਵੀ ਕ੍ਰਿਕਟਰ ਹੋ ਸਕਦਾ ਕੋਈ ਵੱਡੀ ਪਾਰੀ ਖੇਡਣਾ ਚਾਹੁੰਦਾ ਹੋਵੇ। ਪਰ ਆਹ 2020 ਜਿਹੜਾ ਨਾ, ਇਹਦੇ ਵਿੱਚ ਵੀ 2020 ਦੇ ਮੈਚ ਆਉਣ ਦੇ ਨੇ ਸਾਹਮਣੇ। ਮੈਂ ਜਦੋਂ ਗੱਲ ਕਰਦਾ ਪਿਆ ਸੀ ਨਾ ਕਿ ਉਹ WWE ਸਵਾਦ ਕਰਕੇ ਵੇਖੀ ਜਾਈਦੀ ਹੈ, ਪਤਾ ਹੁੰਦਾ ਕਿ ਇਹ ਤੇ ਪੈਸੇ ਲੱਗੇ ਆ, ਅੱਛਾ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਤ ਆ। ਹਾਂ, ਤੇ ਕਹਿੰਦੇ ਦੁਨੀਆ ਦੀ ਸਵਾਦ ਮਗਰ ਕਮਲੀ ਹੋਈ ਫਿਰਦੀ ਜੀ। ਤੇ ਜਿਹੜਾ ਇਹ ਸਵਾਦ ਆ, ਇਹ ਵੀ ਤਾਂ ਲੋਕ ਲੈਣ ਦੇ ਨਾ। ਪਤਾ ਹੈ ਵੀ ਦੋ ਰਾਜਨੀਤਿਕ ਜੀ ਨੂਰਾਂ ਕੁਸ਼ਤੀ ਖੇਡਦੇ ਆ, ਬਿਲਕੁਲ ਸਭ ਨਿਰਧਾਰਤ ਆ, ਕਿਸੇ ਦਾ ਕੱਖ ਨੀ, ਵਾਲ ਵਿੰਗਾ ਨੀ ਹੋਣਾ, ਬਿਲਕੁਲ ਨਾ ਪੁਰਾਣਿਆਂ ਦਾ ਨਵਿਆਂ ਦਾ ਕੁਛ ਨੀ। ਪਰ ਕਹਿੰਦੇ ਚਲੋ ਸਵਾਦ ਤੇ ਆਉਂਦਾ ਹੀ ਆ ਨਾ, ਲੋਕ ਵੀ ਪੰਜਾਬ ਦੇ ਸਵਾਦ ਲੈਣ ਦੇ ਆਦੀ। ਔਰ ਜਦੋਂ ਹੁਣ ਬਠਿੰਡੇ ਵੱਲੋਂ ਸਵਾਦ ਮਿਲਣ ਡੇ ਪਏ, ਆਖੇ ਜੀ ਮਾਲ ਮੰਤਰੀ ਨੇ, ਮੁੱਖ ਮੰਤਰੀ ਦੇ ਕਰੀਬੀ ਨੇ ਗੁਰਪ੍ਰੀਤ ਸਿੰਘ ਕਾਂਗੜ ਜੂਥ ਚੋਂ ਆਏ ਨੇ, ਅਜੇ ਵੀ ਜਵਾਨ ਜੇ ਲੱਗਦੇ ਆ। ਤੇ ਉਧਰ ਅਕਾਲੀਆਂ ਦੇ ਮਲੂਕਾ ਸਾਹਿਬ, ਅੱਛਾ ਮੂੰਹ ਭਰਦਾ ਮਲੂਕਾ ਕਹਿਣ ਲੱਗਿਆ ਜੀ, ਤੇ ਮਲੂਕਾ ਸਾਹਿਬ ਵੀ ਕਿਹੜੇ ਘੱਟ ਰਹੇ ਆਪਣੇ ਸਮੇਂ ਤੇ, ਉਹ ਵੀ ਕਹਿੰਦੇ ਅਜੇ ਮੁੱਛਾਂ ਨੂੰ ਤਾ ਦੇ ਕੇ ਵੀ ਮੈਂ ਵੀ ਜਵਾਨ ਆ, ਆ ਜਾ ਫਿਰ। ਉਹਨਾਂ ਦਾ ਵੀ ਜਿਹੜਾ ਇਤਿਹਾਸ, ਸਿਆਸੀ ਇਤਿਹਾਸ ਹੈ, ਉਹ ਕਿਤੇ ਨਾ ਕਿਤੇ ਅੱਖਰਾਂ 'ਚ ਲਿਖਣ ਵਾਲਾ। ਆਹੋ ਹੁਣ ਅੱਖਰ ਕਿਹੜੇ ਪਾਉਣੇ ਆ, ਇਤਿਹਾਸ ਕਿਹੜਾ ਲਿਖਣਾ, ਇਹ ਬਾਅਦ 'ਚ ਫੈਸਲਾ ਹੋਊ, ਇਹ ਇਤਿਹਾਸ ਫੈਸਲਾ ਕਰੇਗਾ ਜੀ। ਲੇਕਿਨ ਮੈਂ ਤੇ ਇਹਨੂੰ ਵੀ ਇੱਕ ਸਹਿਯੋਗ ਹੀ ਮੰਨਦਾ ਕਿ ਇੱਧਰ ਮਾਲ ਮੰਤਰੀ ਅਤੇ ਉੱਧਰ ਮਲੂਕਾ, ਆਹ ਪਹਿਲਾਂ ਵੱਡਾ ਉੱਧਰ ਇੱਕ ਜੇ ਦਿਓਰ ਬਾਦਲ ਅਤੇ ਭਰਜਾਈ ਬਾਦਲ, ਉੱਧਰ ਭਰਾ ਬਾਦਲ ਅਤੇ ਭਰਾ ਬਾਦਲ, ਮਤਲਬ ਇਹ ਸਾਰਾ ਕੁਝ ਹੈ ਨਾ, ਜਿੱਦਾਂ ਸ਼ਬਦਾਂ ਦਾ ਹੇਰ ਫੇਰ ਜਿਹਾ ਹੀ ਮਿਲੇ ਜਾਣ ਡਿਆ। ਬਠਿੰਡਾ ਨਾ, ਹਾਂ ਰੇਤਲੀ ਸੀ ਧਰਤੀ ਕਦੇ, ਬਿਲਕੁਲ। ਅਤੇ ਆਉਂਦੇ ਹੁੰਦੇ ਨਾ, ਤੁਸੀਂ ਇੱਕ ਦਿਨ ਗੱਲ ਕੀਤੀ ਸੀ ਵੀ ਰੇਤ ਮੁੱਠੀਆਂ 'ਚੋਂ ਗਿਰ ਜਾਂਦੀ। ਹਾਂ ਬਸ, ਅੱਛਾ ਉੱਥੇ ਤਿਲਕਣਬਾਜ਼ੀ ਜ਼ਿਆਦਾ ਹੀ ਆ ਕੁਝ। ਇਹਨੂੰ ਕਹਿੰਦੇ ਨੇ, ਮਾਲਵੇ ਨੂੰ ਕਹਿੰਦੇ ਨੇ ਕੱਕੀ ਰੇਤਾ ਦੀ ਧਰਤ। ਆ ਉੱਧਰ ਰੇਤ ਜਿਹੜੀ ਹੈ ਨਾ, ਰਾਜਸਥਾਨ ਦੀ ਰੇਤ ਵਾਂਗ ਸਫੈਦ ਜੀ ਅਤੇ ਸਲੇਟੀ ਜੀ ਚਮਕਦੀ ਨਹੀਂ ਹੈ, ਕੱਕੀ ਰੇਤ ਆ, ਚਮਕਦੀ ਨਹੀਂ ਹੈ। ਮੈਂ ਨਾ ਮਾਲਵੇ ਦੇ ਉਰਲੇ ਖਿੱਤੇ 'ਚ ਜੀ ਮੋਗੇ ਦੇ ਲਾਗੇ ਢੁੱਡੀ ਕੇ, ਜਦੋਂ ਮੈਂ ਜਵਾਨ ਸੀ ਅਜੇ ਉਮਰ ਦੇ ਚੜ੍ਹਦੇ ਦੌਰ 'ਚ ਜੀ, ਅਤੇ ਮੈਂ ਜਸਵੰਤ ਸਿੰਘ ਕਾ ਵੱਲੋਂ ਪੜ੍ਹਦਾ ਹੁੰਦਾ ਸੀ, ਬਿਲਕੁਲ ਠੀਕ। ਅਤੇ ਉਦੋਂ ਮੇਰਾ ਜੀ ਕਰਦਾ ਹੁੰਦਾ ਸੀ ਕਿ ਯਾਰ ਉਹ ਜੂਹਾਂ ਵੇਖਣੀਆਂ ਚਾਹੀਦੀਆਂ ਜਿੱਥੇ ਇਹੋ ਜਿਹੇ ਲੋਕ ਜੰਮਦੇ ਆ ਜੀ। ਮੈਂ 2-3 ਵਾਰੀ ਗਿਆ ਵੀ, ਮੈਂ ਮਿਲਿਆ ਜਸਵੰਤ ਸਿੰਘ ਕਵਲ ਨੂੰ, ਫਿਰ ਚਲੋ ਦੂਰਦਰਸ਼ਨ ਆ ਗਏ, ਜਸਵੰਤ ਸਿੰਘ ਕਵਲ ਜੀ ਉੱਥੇ ਆਉਣ ਲੱਗ ਗਏ ਸਾਡੇ ਕੋਲ, ਇੱਕ ਦੋਸਤੀ ਹੋ ਗਈ ਅੱਜ ਜੋ ਬਿਰਧ ਅਵਸਥਾ 'ਚ ਨੇ ਪਰ 100 ਸਾਲ ਪੂਰੇ ਕਰ ਗਏ ਜੀ ਆਪਣੀ ਜ਼ਿੰਦਗੀ ਦੇ। ਔਰ ਉਹ ਗੱਲ ਕਰਦੇ ਹੁੰਦੇ ਸੀ, ਕਹਿੰਦੇ ਨਾ ਅਕਾਲੀਆਂ ਦੀ ਰਾਜਨੀਤੀ 'ਤੇ ਨਹੀਂ ਜਾਣਾ ਚਾਹੀਦਾ। ਅੱਛਾ, ਹਾਂ ਉਹ ਬੜੀਆਂ ਦਿਲਚਸਪ ਕਹਾਣੀਆਂ ਕਿੱਸੇ ਸੁਣਾਉਂਦੇ ਹੁੰਦੇ ਸੀ ਜੀ। ਅਤੇ ਫਿਰ ਉਹ ਇੱਕ ਵਾਰੀ ਮਨਪ੍ਰੀਤ ਬਾਦਲ ਨੂੰ ਸਲਾਹ ਦੇਣ ਲੱਗੇ। ਅੱਛਾ, ਸਲਾਹਾਂ ਦੇਣ ਤੋਂ ਬਾਅਦ ਮੈਨੂੰ ਕਹਿੰਦੇ, ਉਹ ਖੁੱਲ੍ਹੀ ਕਈ ਵਾਰੀ ਖੁੱਲ੍ਹੀ ਚਿੱਠੀ ਲਿਖਣ ਦੇ ਵੀ ਬੜੇ ਸ਼ੌਕੀਨ ਰਹੇ ਨੇ। ਹਾਂ, ਕੌੜਾ ਸੱਚ ਜਿਹੜਾ ਸੀ ਨਾ ਉਹ ਅਖਬਾਰ ਦੇ ਵਿੱਚ ਪਰੋਸ ਦਿੰਦੇ ਸੀ, ਬਿਲਕੁਲ। ਅਤੇ ਲੋਕ ਬਹੁਤ ਆਏ ਹੋਏ ਸਮਝਦੇ ਸੀ ਖੋਰੇ ਇਹ ਅਖਬਾਰ ਦੀ ਸ਼ਾਹੀ ਜਿਹੜੀ ਆ ਉਹਦੇ ਕਰਕੇ ਕੁੜੱਤਣ ਹੈ ਵਿੱਚ।
ਨਹੀਂ ਲਹਿਜਾ ਬੜਾ ਪਿੰਡੂ ਸੀ ਇੱਥੇ ਅੰਦਰ ਉਤਰ ਜਾਂਦੇ ਸੀ। ਮੇਰੀ ਭਾਸ਼ਾ ਤੇ ਜਸਵੰਤ ਸਿੰਘ ਕਵਲ ਦੀਆਂ ਲਿਖਤਾਂ ਦਾ ਅਸਰ ਹੈ ਜੀ। ਮੈਂ ਤੁਹਾਨੂੰ ਦੱਸਣ ਲੱਗਿਆ ਕਿ ਉਹ ਜਦੋਂ ਸਿਆਸਤ ਦਾ ਜ਼ਿਕਰ ਛੇੜਦੇ ਸੀ ਨਾ, ਫਿਰ ਮੈਨੂੰ ਕਹਿੰਦੇ ਹੁੰਦੇ ਸੀ ਕਿਤੇ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ। ਅੱਛਾ, ਇਹ ਕਹਿ ਕੁਛ ਰਹੇ ਆ ਜੀ, ਅੰਦਰ ਕੁਛ ਆ। ਹਾਂ, ਹੁਣ ਜਦੋਂ ਮਲੂਕਾ ਕਹਿੰਦਾ ਕਿ ਜਾਂਚ ਕਰਾ ਲਈਏ ਜਾਇਦਾਦਾਂ ਦੀ, ਬਿਲਕੁਲ, ਕਾਂਗੜ ਕਹਿੰਦੇ ਵੀ ਸਾਨੂੰ ਸਾਰਿਆਂ ਨੂੰ ਖੁੱਲ੍ਹੇਆਮ ਪਤਾ ਹੀ ਆ ਵੀ ਕਿਹਦੀ ਕੀ ਜਾਇਦਾਦ ਆ, ਤੇ ਬਨਾਮੀ ਦੀ ਵੀ ਕਰਾ ਲਈਏ। ਨਹੀਂ, ਵੈਸੇ ਵੀ ਦੇਖਿਆ ਜਾਵੇ ਤੇ ਸ਼ਬਦ ਜਿਹੜਾ ਉਹ ਹੈਗਾ ਸਿਆਸਤ। ਹਾਂ, ਤੁਸੀਂ ਪੰਜਾਬੀ ਦੇ ਵਿਦਿਆਰਥੀ ਹੋ, ਥੋੜਾ ਜਿਹਾ ਔਖੇ ਹੋ ਕੇ ਦੇਖੋ, ਸਿਆਹ ਤੇ ਸੱਤ। ਸਾਨੂੰ ਨਾ, ਮੈਂ ਫਿਜਿਕਸ ਕੀਤੀ ਹੈ, ਮੈਂ BSc ਕੀਤੀ ਨੌਨ ਮੈਡੀਕਲ ਜੀ, ਤੇ ਸਾਨੂੰ ਨਾ ਪਹਿਲਾਂ ਸ਼ੁਰੂ ਦੇ ਵਿੱਚ ਇੱਕ ਚੀਜ਼ ਸਿਖਾਈ ਜਾਂਦੀ ਸੀ, ਕਹਿੰਦੇ ਸ਼ਬਦ ਨੂੰ ਪਹਿਲਾਂ ਤੋੜ ਲਓ। ਹਾਂ, ਸੰਧੀ ਤੋੜ, ਸੰਧੀ ਛੇੜ, ਸ਼ਬਦ ਨੂੰ ਬ੍ਰੇਕ ਕਰੋ, ਬ੍ਰੇਕ ਕਰੋ, ਉਸ ਤੋਂ ਬਾਅਦ ਉਹਨੂੰ ਵੱਖ ਵੱਖ ਹਿੱਸਿਆਂ 'ਚ ਸਮਝਣ ਦਾ ਯਤਨ ਕਰੋ। ਤੇ ਤੁਸੀਂ ਬੜਾ ਸੋਹਣਾ ਸਿਆਹ, ਜਿਹਦਾ ਨਾ ਹੀ ਸਿਆਹ, ਸੱਤ ਜਿਹੜੀ ਸੱਚ ਨੂੰ ਸਿਆਹ ਕਰ ਦੇਵੇ ਉਹਨੂੰ ਸਿਆਸਤ ਕਹਿੰਦੇ, ਉਹਨੂੰ ਸਿਆਸਤ ਕਹਿੰਦੇ। ਇਹ ਸਾਡਾ ਇਸ ਜਿਹੜਾ ਇਹ ਖਿੱਤਾ ਆ ਜੀ, ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ। ਬਾਹਰਲੇ ਮੁਲਕਾਂ ਦੇ ਵਿੱਚ ਵੀ ਸਿਆਸਤ ਹੈ ਜੀ, ਲੇਕਿਨ ਉਹ ਸੱਚ 'ਤੇ ਆਧਾਰਿਤ ਹੈ, ਲੇਕਿਨ ਇਹ ਸੱਚ ਨੂੰ ਸਿਆਹ ਕਰਨ ਵਾਲੀ ਸਿਆਸਤ ਹੈ ਜੀ। ਅਤੇ ਹੁਣ ਜਦੋਂ ਤੁਸੀਂ ਗੱਲ ਕੀਤੀ ਨਾ ਮਾਲ ਮੰਤਰੀ ਦੇ ਮਾਲ ਦੇ ਜਾਂਚ ਦੀ, ਤਾਂ ਮੈਨੂੰ ਮਤਲਬ ਮਹਿਸੂਸ ਹੋਇਆ ਵੀ ਹੋ ਜਾਣੀ ਚਾਹੀਦੀ ਹੈ। ਨਹੀਂ, ਇਹ ਗੱਲ ਸੁਣੋ, ਨਾਲੇ ਦੇਖੋ ਮੁੱਦਾ ਕੀ ਬਣਾ ਰਹੇ ਦੋਵੇਂ ਜੀ। ਉਹ ਕਹਿੰਦੇ ਆ ਪਹਿਲਾਂ ਇੱਕ ਨੇ ਦੂਜੇ ਨੂੰ ਕਿਹਾ, ਅੱਛਾ ਵੀ ਤੂੰ ਇੱਕ ਐਪਲੀਕੇਸ਼ਨ ਬਣਾ ਲਾ, ਬਿਲਕੁਲ ਠੀਕ ਹੈ, ਤੇ ਆਪਾਂ ਮੈਂ ਆ ਕੇ ਸਾਈਨ ਕਰ ਦੇਣਾ। ਹਾਂ, ਸਾਂਝੇ ਤੌਰ 'ਤੇ, ਠੀਕ ਹੈ, ਤੇ ਮੁੜ ਕੇ ਚੀਫ ਜਸਟਿਸ ਕੋਲ ਚਲੇ ਜਾਂਦੇ ਹਾਂ ਜੀ। ਫਿਰ ਮਲੂਕਾ ਨੇ ਇਹ ਕਿਹਾ ਵੀ ਮਾਲ ਮੰਤਰੀ ਸਾਹਿਬ ਕੋਲ ਤਾਂ ਵਾਹਵਾ ਅੱਜ ਕੱਲ੍ਹ ਉਹਨਾਂ ਕੋਲ ਕੰਮ ਕਾਜ ਵਾਲੇ ਬੜੇ ਆ, ਦਰਖਾਸਤ ਉਹ ਰੈਡੀ ਕਰ ਲੈਣ ਵੀ ਸਾਡੇ ਦੋਵਾਂ ਦੀ ਪ੍ਰੋਪਰਟੀ ਦੀ ਜਾਂਚ ਕਰਾ ਲਓ। ਕਹਿੰਦੇ ਮੈਂ ਆ ਕੇ ਸਾਈਨ ਕਰ ਦੇਣਾ, ਤੇ ਦੋਵੇਂ ਚੀਫ ਜਸਟਿਸ ਆਫ ਜਿਹੜਾ ਪੰਜਾਬ ਆ, ਅੱਛਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉਹਦੇ ਕੋਲ ਚਲੇ ਜਾਂਦੇ ਆ। ਅੱਛਾ, ਤੇ ਉੱਥੇ ਜਾ ਕੇ ਸਾਡੀ ਦੋਨਾਂ ਦੀ ਜਾਇਦਾਦ ਤੇ ਪ੍ਰੋਪਰਟੀਆਂ ਦੀ ਜਾਂਚ ਹੋ ਜੇ, ਤੇ ਮੈਨੂੰ ਬਹੁਤ ਬਹੁਤ ਖਿਆਲ ਨੇਕ ਲੱਗਿਆ, ਤੇ ਮੈਂ ਚਾਹੁੰਦਾ ਵੀ ਇਹਦਾ ਵਿਸਥਾਰ ਕਰ ਲਈਏ। ਤੇ ਉਹ ਜਿਹੜੇ ਆਪਣੇ ਕਾਂਗੜ ਸਾਹਿਬ ਨੇ ਉਹ ਕਹਿੰਦੇ ਕਿ ਬੇਨਾਮੀ ਜਾਇਦਾਦ ਵੀ ਵਿੱਚ ਲਿਖ ਲਵੋ। ਹਾਂ, ਉਹ ਕਹਿੰਦੇ ਬੇਨਾਮੀ, ਮੈਂ ਕਹਿੰਦੇ ਡਿਟੇਲ ਦਊ ਫਿਰ ਸਾਰੀ। ਹਾਂ, ਬੇਨਾਮੀ ਦੀ ਵੀ ਮਤਲਬ ਦੇਖੋ, ਇਹ ਤਾਂ ਸ਼ਾਇਦ ਜੇ ਇਹਨਾਂ ਨੇ ਵਾਕਈ ਬੇਨਾਮੀ ਜਾਇਦਾਦ ਦੀ ਗੱਲ ਹੋਣ ਲੱਗੀ ਆ, ਅਤੇ ਫਿਰ ਤਾਂ ਕਹਿੰਦੇ ਵੀ ਕੋਈ ਵਕਤ ਐਸਾ ਵੀ ਸੀ ਵੀ ਮੱਝਾਂ ਮੁੱਝਾਂ ਦੇ ਨਾਂ ਦੇ ਉੱਤੇ ਵੀ ਜਾਇਦਾਦਾਂ ਸਨ। ਕਿਹਦੇ ਕਿਹਦੇ ਨਾਂ ਤੇ, ਜਿਹੜੇ ਕਿਚਨ ਕੈਬਨਿਟ ਦੇ ਨਾਂ ਤੇ ਵੀ ਜਾਇਦਾਦਾਂ ਸਨ। ਮੈਨੂੰ ਹਸਾਓ ਨਾ, ਗੱਲ ਇਹ ਆ ਕਿ ਇੱਥੇ ਤੇ ਜਿਹੜੇ ਆਪਣਾ ਲਾਂਗਰੀਏ ਹੁੰਦੇ ਆ, ਇੱਥੇ ਗੋਰਖੇ ਹੁੰਦੇ ਆ, ਉਹਨਾਂ ਤੇ ਵੀ। ਪਰ ਮੈਂ ਸੁਣ ਲਓ ਗੱਲ, ਹੁਣ ਬੇਨਤੀ ਏਦਾਂ, ਮੈਂ ਸੋਚਣ ਡਿਆ ਵੀ ਮੁੱਦਾ ਤੇ ਵਧੀਆ ਆ ਗਿਆ, ਇਹਦਾ ਵਿਸਥਾਰ ਕਰ ਲੈਣ ਜੀ, ਤੇ ਐਵੇਂ ਘੜੀ ਮੁੜੀ ਕਦੇ ਇਹਦੀ ਜੰਗ ਸ਼ੁਰੂ ਹੋ ਜਾਊ, ਕਦੀ ਇੱਧਰ ਇੱਕ ਮਾਝੇ 'ਚ ਸ਼ੁਰੂ ਹੋਈ ਹੋਈ ਆ। ਹਾਂ, ਸਾਰੇ ਵੱਖੋ ਵੱਖ ਚੀਫ ਜਸਟਿਸ ਸਾਹਿਬ ਨੂੰ ਤੰਗ ਕਰਨਗੇ ਜੀ, ਅਤੇ ਇੱਕ ਸਰਕਾਰ ਵੱਲੋਂ ਸਾਂਝੀ ਐਪਲੀਕੇਸ਼ਨ ਰੈਡੀ ਹੋ ਜੇ ਜੀ, ਅਤੇ ਜਿੰਨੇ ਸਿਆਸੀ ਪਿੰਡ 'ਚ ਨੇ ਜਿਹੜੇ ਕਦੇ ਪਹਿਲੀ ਇੱਕ ਵਾਰੀ ਬਣੇ ਜਾਂ ਦੋ ਵਾਰੀ MLA ਵਜ਼ੀਰ ਬਣੇ, ਸਾਰਿਆਂ ਦੀ ਸਾਂਝੀ ਜਾਂਚ ਕਰਾ ਲਈ। ਥੋੜ੍ਹਾ ਜਿਹਾ ਹੁਣ ਜਾਂਚ ਕਰਾਉਣ ਦੇ ਵਿੱਚ ਵੀ, ਜਾਂਚ ਹੋਣ ਦੇ ਵਿੱਚ ਵੀ ਸ਼ੰਕਾ ਪੈਦਾ ਆ। ਤੇ ਇੱਕ ਜਾਂਚ ਤੇ ਜਸਟਿਸ ਕੁਲਦੀਪ ਸਿੰਘ ਨੇ ਕੀਤੀ ਸੀ, ਜਿਹੜੀ ਇਹਨਾਂ ਦੇ ਚੰਡੀਗੜ੍ਹ ਦੇ ਲਾਗੇ ਜ਼ਮੀਨਾਂ ਸੀ ਉਹ ਤੇ ਪਰੇ ਸਿਰੇ ਨਾ ਚੜ੍ਹ। ਬਿਲਕੁਲ, ਔਰ ਤੁਹਾਨੂੰ ਯਾਦ ਹੋਣਾ ਕਿ 2014 ਦੇ ਵਿੱਚ ਜੀ ਇੱਕ ਵਕਤ ਐਸਾ ਆਇਆ ਕਿ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀ ਕੇਂਦਰੀ ਜਾਂਚ ਬਿਊਰੋ ਆ ਜੀ ਇਹ ਪਿੰਜਰੇ ਦਾ ਤੋਤਾ ਆ। ਹਾਂਜੀ, ਕਿਹਾ ਸਭ ਤੋਂ ਖਤਰਨਾਕ ਇਹ ਰਿਮਾਰਕ ਸੀਗਾ, ਹੁਣ ਤੱਕ ਦਾ ਸਭ ਤੋਂ ਖਤਰਨਾਕ ਹੈ, ਕਿਸੇ ਅਦਾਲਤ ਦੀ ਸਭ ਤੋਂ ਸਖ਼ਤ ਟਿੱਪਣੀ ਜੀ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਦੇ ਖਿਲਾਫ ਜੀ। ਲੇਕਿਨ 5 ਸਾਲ ਬਾਅਦ ਇੱਕ ਤਲਖ ਸੱਚ ਸਾਹਮਣੇ ਆ ਰਿਹਾ ਜੀ ਕਿ CBI ਦੇ ਸਪੈਸ਼ਲ ਡਾਇਰੈਕਟਰ ਹੋਏ ਨੇ ਰਕੇਸ਼ ਅਸਥਾਨਾ ਜੀ, ਉਹਨਾਂ ਦੇ ਨਾਲ ਹੀ ਇੱਕ DGP ਨੇ ਲੁਥਰਾ, ਤੇਜਿੰਦਰ ਲੁਥਰਾ, ਆ ਇਹ ਕਮਿਸ਼ਨਰ ਰਹੇ ਦਿੱਲੀ ਦੇ, ਉਹਨਾਂ ਦੇ ਖਿਲਾਫ ਜਾਂਚ ਸ਼ੁਰੂ ਹੋ ਗਈ। ਅੱਛਾ, ਜਾਂਚ ਕੀ ਸ਼ੁਰੂ ਹੋਈ ਵੀ ਕਿਸੇ ਡਾਕਟਰ ਨੇ ਸ਼ਿਕਾਇਤ ਕੀਤੀ ਹੈ, ਅਤੇ CBI ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਜੀਲੈਂਸ ਵਿਭਾਗ ਨੂੰ ਲਿਖਿਆ ਕਿ ਇਹਨਾਂ ਲੋਕਾਂ ਨੇ, ਦੇਖੋ ਸ਼ਬਦਾਵਲੀ ਕਿੱਡੀ ਆ ਸਖ਼ਤ ਹੈ, ਕਿ ਇਹ ਲੋਕ ਉਸ ਵੇਲੇ ਜਦੋਂ ਇਹਨਾਂ ਨੇ ਇਹ ਗੁਨਾਹ ਕੀਤਾ ਇਹ ਚੰਡੀਗੜ੍ਹ ਦੇ ਵਿੱਚ ਸਨ, ਇਹਨਾਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਹੈ, ਮਿਸਯੂਜ਼ ਆਫ ਪਾਵਰ। ਅੱਛਾ, ਇਸ ਕਰਕੇ ਇਹਨਾਂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿਓ।
ਦੂਸਰੇ ਪਾਸੇ ਅੱਜ ਦੀਆਂ ਅਖਬਾਰਾਂ ਦੀ ਵੱਡੀ ਸੁਰਖੀ ਆ ਕਿ ਲੁਧਿਆਣਾ 'ਚ ਇੱਕ DRI ਦੇ ADG ਜਿਹਨੂੰ ਕਹਿੰਦੇ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸ ਜੀ, ਜਿਹੜਾ ਤੁਹਾਡਾ ਜਿਸ ਰੈਵਨਿਊ ਦੇ ਸਿਰ 'ਤੇ ਤੁਸੀਂ ਪਲਦੇ ਹੋ ਅਤੇ ਜਿਸ ਰੈਵਨਿਊ ਨੂੰ ਹਾਸਲ ਕਰਨ ਲਈ ਜੀ ਸਰਕਾਰਾਂ ਜਿਹੜੀਆਂ ਨੇ ਪੁੰਜੇ ਬੈਠ ਜਾਂਦੀਆਂ। ਬਿਲਕੁਲ ਬਿਲਕੁਲ, ਜਦੋਂ ਤੁਸੀਂ ਇਹਨਾਂ ਦੀ ਮਨਪ੍ਰੀਤ ਬਾਦਲ ਦਾ ਦਰਦ ਸੁਣਦੇ ਹੋ, ਆਹੋ ਸਟੇਟ ਨੂੰ ਚਲਾਉਣ ਲਈ ਰੈਵਨਿਊ GST ਦਾ ਆਇਆ ਹੀ ਨਹੀਂ, ਉਹ ਤਾਂ ਜਿਹੜਾ ਕੇਂਦਰ ਨੂੰ ਹਿੱਸਾ ਗਿਆ ਸੀ ਉਹਦੇ 'ਚੋਂ ਨਹੀਂ ਆਇਆ ਅਤੇ ਜਿਹੜਾ ਤੁਹਾਨੂੰ ਹੀ ਨਹੀਂ ਆਇਆ। 1,000 ਕਰੋੜ ਦਾ ਕਿਸੇ ਵਕਤ ਕੋਈ ਲੈਣ ਦੇਣ ਚੱਲਦਾ ਸੀ ਜੀ, ਉਹਦੇ 'ਚੋਂ ਹੁਣ 25 ਲੱਖ ਦੀ ਰਿਸ਼ਵਤ ਲੈਂਦੇ ਫਿਰ ਫੜੇ ਗਏ ਨੇ ਉਹ ਜਿਹੜੇ DRI ਸਾਹਿਬ ਨੇ, ਕੋਈ DRI ਦੇ ADG ਨੇ, ਉਹਨਾਂ ਦੇ 2 ਦਲਾਲ ਅਤੇ ਨਾਲ ਹੀ ਅਡੀਸ਼ਨਲ DG। ਅੱਛਾ, ਹੁਣ ਜਾਂਚ ਤਾਂ ਇੱਧਰ ਵੀ ਸ਼ੁਰੂ ਹੋ ਗਈ ਆ ਅਤੇ ਜੇ ਵਾਕਈ ਜਾਂਚ ਕਰਾਉਣੀ ਆ ਤਾਂ ਫਿਰ ਭਾਈ ਇੱਦਾਂ ਕਿਉਂ ਨਾ ਕਰਾ ਲਓ। ਪੰਜਾਬੀ ਨਾ ਪਾਤਰ ਸਾਹਿਬ ਦੀ ਉਹੀ ਗੱਲ ਪਹਿਲੀ ਜੀ ਵੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ ਜੀ। ਪੰਜਾਬੀਆਂ ਦੀ ਇੱਕੋ ਹੀ ਰੀਝ ਆ ਕਿ ਯਾਰ ਪਤਾ ਤਾਂ ਲੱਗੇ ਕਿ ਆਖਰ ਇਹ ਧਰਤੀ ਜਿਹੜੀ ਧਰਤੀ ਕਦੇ ਇਸ ਦੇਸ਼ 'ਚ ਨੰਬਰ 1 ਸੀ, ਉਹ ਨੰਬਰਾਂ ਦੀ ਗੇਮ 'ਚ ਪਿਛਲੇ ਬੰਨੇ ਨੰਬਰ 1 ਕਿਉਂ ਹੋ ਗਈ। ਬਿਲਕੁਲ, ਪੰਜਾਬੀ ਇਹ ਜਾਣਨਾ ਚਾਹੁੰਦੇ ਆ ਕਿ ਕਿੰਨਾ ਲੋਕਾਂ ਨੇ ਇਹਦਾ ਸਾਰੇ ਦਾ ਸਾਰਾ ਇੱਜ਼ਤ ਆਬਰੂ ਅਤੇ ਸਨਮਾਨ ਲੁੱਟ ਲਿਆ। ਬਿਲਕੁਲ, ਅਤੇ ਇੱਕ ਜਾਂਚ ਤਾਂ ਪੰਜਾਬੀ ਇਹ ਵੀ ਮੰਗਦੇ ਆ ਕਿ ਪਿਛਲੇ 30 ਸਾਲਾਂ ਦੇ ਵਿੱਚ ਜਿਹੜੇ ਵੀ ਸ਼ਾਸਕ ਰਹੇ ਆ, ਭਾਵੇਂ ਉਹ ਗਵਰਨਰ ਸੀ ਅਤੇ ਭਾਵੇਂ ਦੂਜੇ, ਉਹ ਸਾਰੇ ਬੰਦਿਆਂ ਦੇ ਕੀਤੇ ਹੋਏ ਕੰਮਾਂ ਦੇ ਲਏ ਹੋਏ ਫੈਸਲਿਆਂ ਦੀ ਇੱਕ ਸਮਾਬੰਧ 6 ਮਹੀਨੇ 'ਚ ਜਾਂਚ ਕਰਾ ਲਓ। ਸਾਰੀਆਂ ਪੁਰਾਣੀਆਂ ਸਰਕਾਰੀ ਫਾਈਲਾਂ, ਸਰਕਾਰ ਸਾਰੀਆਂ ਵੇਚੀਆਂ ਜ਼ਮੀਨਾਂ ਜਾਇਦਾਦਾਂ, ਸਾਰੇ ਜਿੰਨੇ ਅਲਾਟਮੈਂਟਸ ਨੇ, ਸਾਰ ਜੋ ਕੁਛ ਵੀ ਹੈ A to Z ਇੱਕ ਸਾਂਝੀ ਜਾਂਚ ਕਰਾ ਲਓ। ਇਕੱਲੇ ਮਲੂਕੇ ਅਤੇ ਕਾਂਗੜ ਤੱਕ ਕਿਉਂ ਰਹਿਣਾ, ਉਹ ਤਾਂ ਦੋਵੇਂ ਆਪਣਾ ਕਮਰ ਇਹਨਾਂ ਦੇ ਪਾਲਣਹਾਰੇ ਜਿਹੜੇ ਨੇ ਉਹਨਾਂ ਦੇ ਵੀ ਕਰਾ ਲਓ ਨਾਲ ਹੀ। ਸਰ ਇਹ ਦੋਵੇਂ ਤੇ ਜਿੱਦਾਂ ਉਹ ਕਹਿੰਦੇ ਨਾ ਵੀ ਅਖਾੜੇ ਦੇ ਅੰਦਰ ਨਹੀਂ ਵੜਨਾ, ਦੋਨੇ ਲੰਗੋਟਾ ਕਰਕੇ ਨਾ ਪੱਟਾਂ ਤੇ ਥਾਪੀਆਂ ਮਾਰਦੇ ਬਾਰ ਬਾਰ ਹੀ ਘੁੰਮੀ ਜਾਂਦੇ ਆ, ਤੇ ਏਦਾਂ ਨਾ ਜਿੱਦਾਂ ਦਰਸ਼ਕਾਂ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹਨਾਂ ਨੇ ਅੰਦਰ ਅਖਾੜੇ 'ਚ ਵੜਨਾ ਨਹੀਂ ਗਾ, ਬਾਹਰੋਂ ਹੀ ਭੱਜ ਭੁੱਜ ਜਾਣਾ। ਘੁੰਮਦੇ ਵੀ ਨਹੀਂ ਹੈ ਇਹਨਾਂ ਦੇ ਜਿਹੜੇ 4-4 ਚੇਲੇ ਜਿਹੜੇ ਨਾ ਉਹ ਪਿੱਛੋਂ ਬਾਹੋਂ ਫੜ ਕੇ ਬੈਠੇ ਨੇ ਵੀ ਨਾ ਜਾਣ, ਉਹ ਸਮਝਾਉਂਦੇ ਨੇ ਵੀ ਅਗਾਂਹ ਨਾ ਵਧੀ ਐਵੇਂ ਕੁੱਟ ਵਾਲਾ ਕੰਮ ਹੀ ਅੱਗੇ। ਨਹੀਂ ਨਹੀਂ ਸਰ, ਕਈ ਵਾਰੀ ਇਹ ਹੁੰਦਾ ਵੀ ਬੰਦਾ ਘਰੋਂ ਹੀ ਚਾਰਾਂ ਨੂੰ ਨਾਲ ਲਿਆ ਹੁੰਦਾ। ਅੱਛਾ, ਵੀ ਜਦੋਂ ਮੈਂ ਕਹੂੰ ਨਾ ਬਾਹਾਂ ਟੰਗੂੰਗਾ ਜੀ, ਪੱਟ ਤੇ ਥਾਪੀ ਮਾਰੂੰਗਾ, ਮੈਨੂੰ ਫੜ ਲਿਓ, ਨਹੀਂ 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 ਲੜਾਈ ਨਹੀਂ ਕਰਨੀ। ਅੱਛਾ, ਸੋ ਉਹ ਹਾਲ ਆ ਵੀ ਮੈਂ ਤਾਂ ਕਈ ਜਣੋਂ ਮੈਂ ਆ ਗਿਆ ਤੇ ਨਾਲ ਵਾਲੇ ਕਹਿਣਗੇ ਨਹੀਂ 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 ਲੜਨਾ ਨਹੀਂ। ਇਤਿਹਾਸ ਦਾ ਇੱਕ ਹਿੱਸਾ, ਇਤਿਹਾਸ ਦਾ ਇੱਕ ਅਧਿਆਇ ਆ, ਚੈਪਟਰ ਆ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਿਆ ਜੀ, ਅਤੇ ਉਹਦੇ ਨਾਲ ਉਹਦੀਆਂ ਰਾਣੀਆਂ ਜਿਹੜੀਆਂ ਸੀ ਬੈਠ ਗਈਆਂ ਸਤੀ ਹੋਣ ਲਈ ਜੀ, ਉਹ 3 ਰਾਣੀਆਂ ਸੜ ਵੀ ਗਈਆਂ ਉਹਦੀ ਚਿਖਾ ਦੇ ਨਾਲ ਹੀ। ਇਤਿਹਾਸ ਕਹਿੰਦਾ ਕਿ ਉਸ ਵੇਲੇ ਜਿਹੜਾ ਰਾਜਾ ਧਿਆਨ ਸਿੰਘ ਸੀਗਾ ਮਹਾਰਾਜ, ਇਹ ਉਸ ਵੇਲੇ ਪ੍ਰਧਾਨ ਮੰਤਰੀ ਸੀ, ਇਹ ਕਹਿੰਦੇ ਭੱਜ ਕੇ ਗਿਆ ਚਿਖਾ ਵੱਲ ਨੂੰ ਵੀ ਮੈਂ ਵੀ ਸੜ ਜਾਣਾ, ਵੀ ਮੇਰਾ ਬਾਦਸ਼ਾਹ ਹੀ ਮਾਲਕ ਹੀ ਨਹੀਂ ਰਿਹਾ ਅਤੇ ਮੈਂ ਕਹਿੰਦੇ ਸਿਰ 'ਤੇ ਜਿਉਣਾ। ਕਹਿੰਦੇ ਇਹਦੇ ਭਰਾ ਨੇ ਇਹਨੂੰ ਫੜ ਕੇ ਪਿਛਾਂਹ ਕੀਤਾ, ਪ੍ਰੀ ਪਲੈਂਡ ਸੀ ਸਾਰਾ ਨਾ, ਕਹਿੰਦੇ ਪਿਛਾਂਹ ਕੀਤਾ, ਇਹ 2 ਵਾਰੀ ਫਿਰ ਭੱਜਿਆ। ਉਹ ਕਹਿੰਦਾ ਜੇ ਇਹ ਚਲੇ ਗਿਆ ਸਾਰਾ ਕੁਛ ਤਾਂ ਪੰਜਾਬ ਬਚੇਗਾ, ਪੰਜਾਬ ਨੂੰ ਕੌਣ ਬਚਾਏਗਾ, ਪੰਜਾਬ ਨੂੰ ਕੌਣ ਬਚਾਏਗਾ। ਕਹਿੰਦਾ ਗੁਲਾਬ ਸਿੰਘ ਨੇ ਕਿਹਾ ਉਹ ਧਿਆਨ ਸਿੰਘਾ, ਜੇ ਤੂੰ ਵੀ ਚਲੇ ਗਿਆ ਤਾਂ ਪੰਜਾਬ ਨੂੰ ਬਚਾਏਗਾ ਕੌਣ, ਇਹ ਰਾਜ ਭਾਗ ਨੂੰ ਬਚਾਏਗਾ ਕੌਣ। ਢਾਡੀ ਹੋਏ ਨੇ ਗਿਆਨੀ ਸੋਹਣ ਸਿੰਘ ਸੀਤਲ, ਬਿਲਕੁਲ ਜਿਹੜੇ ਤੁਸੀਂ ਕਹਿੰਦੇ ਨਾ ਅੰਦਰੋਂ ਆਵਾਜ਼ ਅੰਦਰੋਂ ਬੋਲਦੇ ਸਨ, ਉਹ ਆਪਣੀ ਕਿਤਾਬ 'ਚ ਲਿਖਦੇ ਨੇ ਸਿੱਖ ਰਾਜ ਕਿਵੇਂ ਗਿਆ 'ਚ। ਉਹ ਕਹਿੰਦੇ ਅਸਲ 'ਚ ਜਿਹੜਾ ਗੁਲਾਬ ਸਿੰਘ ਦਾ ਕਹਿਣਾ ਸੀ ਨਾ ਵੀ ਜੇ ਤੂੰ ਹੀ ਚਲੇ ਗਿਆ ਤਾਂ ਰਾਜ ਭਾਗ ਜਿਹੜਾ ਬਚੇਗਾ ਕਿਵੇਂ, ਕਹਿੰਦਾ ਅਸਲ 'ਚ ਉਹਦੇ ਕਹਿਣ ਦਾ ਮਤਲਬ ਸੀ ਜੇ ਤੂੰ ਚਲੇ ਗਿਆ ਤਾਂ ਫਿਰ ਇਸ ਰਾਜ ਦਾ ਬੇੜਾ ਗਰਕਿਨ ਕਰਨਾ। ਉਹ ਮੇਰਾ ਪਹਿਲੀ ਗੱਲ ਇਹੀ ਸੀ ਵੀ ਜਦੋਂ ਭੱਜ ਭੱਜ ਜਾਂਦਾ ਸੀ ਉਹਦਾ ਭਰਾ ਉਹਨੂੰ ਫੜਦਾ ਸੀ, ਬਿਲਕੁਲ ਵੀ ਇਹ ਪਹਿਲਾਂ ਹੀ ਸਕ੍ਰਿਪਟ ਲਿਖੀ ਸੀ ਬਿਲਕੁਲ ਕਿ ਮੈਂ ਦਿਖਾਵਾ ਕਰੂੰਗਾ ਤਾਂ ਕਿ ਇਸ ਦਰਬਾਰ ਦੇ ਵਿੱਚ ਮੇਰੀ ਜਿਹੜੀ ਆਭਾ ਬਰਕਰਾਰ ਆਭਾ ਬਣੇ ਬਰਕਰਾਰ ਰਹੇ ਤਾਂ ਕਿ ਮੇਰਾ ਇੱਕ ਵਿਸ਼ਵਾਸ ਬਣਿਆ ਰਹੇ। ਸੋ ਇਹੀ ਆ, ਲੇਕਿਨ ਜਦੋਂ ਹੁਣ ਤੁਸੀਂ ਗੱਲ ਸ਼ੁਰੂ ਕਰ ਲਈ ਆ ਤੇ ਫਿਰ ਮਾਫ ਕਰਨਾ, ਇੱਕ ਅਹਿਮ ਦਸਤਾਵੇਜ਼ ਆ
ਜਿਹੜਾ ਜੇ ਇਹਨਾਂ ਨੂੰ ਦੋ ਮਹਾਰਥੀਆਂ ਨੂੰ ਯਾਦ ਨਹੀਂ ਹੈ ਜਾਇਦਾਦਾਂ ਬਾਰੇ, ਤਾਂ ਅਸੀਂ ਯਾਦ ਕਰਾ ਦਿੰਦੇ ਕਿ ਜਦੋਂ ਇਹ ਇੱਕ ਚੋਣ ਕਮਿਸ਼ਨ ਨੇ 2008 ਤੋਂ ਇੱਕ ਕੰਮ ਸ਼ੁਰੂ ਕੀਤਾ ਹੋਇਆ ਜੀ ਕਿ ਤੁਸੀਂ ਆਪਣੀ ਜਾਇਦਾਦ ਲਿਖੋ, ਜਦੋਂ ਘੋਸ਼ਿਤ ਕਰੋ ਫਾਰਮ ਭਰ ਦਿਓ, ਉਹਦੇ ਵਿੱਚ ਹਰ ਸਾਲ ਵਾਧੇ ਹੁੰਦੇ ਜਾਂਦੇ ਨੇ। ਹਰ ਸਾਲ ਜਦੋਂ ਕੋਈ ਚੋਣ ਆਉਂਦੀ ਹੈ, ਜਦੋਂ ਚੋਣ ਆਉਂਦੀ ਹੈ ਨਾ, ਉਦੋਂ ਅਖਬਾਰਾਂ ਦੀ ਸੁਰਖੀ ਬਣਦੀ ਕਿ ਆਹ ਜਿਹੜਾ ਉਮੀਦਵਾਰ ਹੈ ਸਭ ਤੋਂ ਅਮੀਰ ਉਮੀਦਵਾਰ ਆ, ਇਹਦੀ ਇੰਨੀ ਪਿਛਲੇ ਸਾਲ ਨੂੰ ਵੱਧ ਗਈ। ਜਿਸ ਤਰ੍ਹਾਂ ਜਲਾਲਾਬਾਦ ਦੇ ਵਿੱਚ ਐਤਕੀ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਹੈ, ਕਾਂਗਰਸ ਦਾ ਰਮਿੰਦਰ ਆਵਲਾ, ਹਾਂ, ਉਹਦੇ ਬਾਰੇ ਕਿਹਾ ਕਿ ਸਭ ਤੋਂ ਖੁਸ਼ਹਾਲ ਮਾਇਆਧਾਰੀ ਹੈ, ਆਰਥਿਕ ਤੌਰ 'ਤੇ ਖੁਸ਼ਹਾਲ ਹੈ। ਇਸੇ ਤਰ੍ਹਾਂ ਇਹਦੇ ਵਿਖਣਾ ਬਣਦਾ ਕਿ ਜਿਹੜੇ ਜਿਨ੍ਹਾਂ ਦੇ ਸਿਰ 'ਤੇ ਤੁਸੀਂ ਸੀਗੇ ਬਣੇ, ਉਹ ਤਾਂ ਕੱਖਾਂ ਤੋਂ ਹੌਲੇ ਹੋ ਗਏ ਜੀ, ਫਿਰ ਤੁਸੀਂ ਕਰੋੜਾਂ ਤੋਂ ਅਰਬਾਂਪਤੀ ਬਣਦੇ ਰਾਹ ਕਿੱਦਾਂ ਤੁਰ ਪਏ। ਔਰ ਰਹੀ ਗੱਲ ਮਾਲ ਮੰਤਰੀ ਦੀ, ਮਾਲ ਵਿਭਾਗ ਦੀ, ਇਹਦੇ 'ਤੇ ਬਾਰੇ 'ਤੇ ਕਿਹਾ ਜਾਂਦਾ ਕਿ ਮਾਲ ਵਿਭਾਗ ਕੋਈ ਮਾਲ ਆ, ਇਹ ਤਾਂ ਜਿਹੜੇ ਲੋਕ ਤਹਿਸੀਲਾਂ ਦੇ ਬਾਹਰ ਲਾਈਨਾਂ ਲਾ ਕੇ ਖੜ੍ਹੇ ਨੇ, ਉਹਨਾਂ ਕੋਲ ਪੁੱਛ ਲਓ ਕਿਤੇ ਜਾ ਕੇ। ਮੈਂ ਕਿਹਾ ਇਹ ਵੀ ਕਿਹਾ ਜਾਂਦਾ ਹੈ ਜੀ ਵੀ ਜਿਹਦੇ 'ਤੇ ਮਾਲ ਵਿਭਾਗ ਹਾਂ ਦਾ ਗੁਣਾ ਪੈਂਦਾ ਹੈ, ਬਿਲਕੁਲ, ਉਹਦੇ 'ਤੇ ਸਰਕਾਰਾਂ ਮਿਹਰਬਾਨ ਹੁੰਦੀਆਂ, ਫਿਰ ਪੈਂਦਾ, ਬਿਲਕੁਲ, ਫਿਰ ਉਸ CM ਦੇ ਸਭ ਤੋਂ ਨੇੜੇ ਹੁੰਦਾ। ਹਾਂ, ਅਤੇ ਜਿਹੜਾ ਕਾਂਗੜ ਹੈ, ਗੁਰਪ੍ਰੀਤ ਸਿੰਘ ਕਾਂਗੜ, ਬਿਲਕੁਲ ਨੌਜਵਾਨ ਬੰਦਾ ਜੀ, ਅਤੇ ਉਹਦਾ ਮਾਲ ਮੰਤਰੀ ਬਣਨਾ, ਪਹਿਲਾਂ ਆਪਣੇ ਵੀ ਅੰਮ੍ਰਿਤਸਰੀਆ ਸੀਗਾ, ਸਰਕਾਰੀ ਵੀ ਮਾਲ ਮੰਤਰੀ ਵਾਕਈ ਮੁੱਖ ਮੰਤਰੀ ਦੇ ਨੇੜੇ ਸੀ, ਅਤੇ ਮੁੜ ਕੇ ਸਰਕਾਰੀਆ ਸਾਹਿਬ ਮਾਲ ਮੰਤਰੀ ਸਰਕਾਰੀਆਂ ਸੀਗੀਆਂ, ਨਹੀਂ ਸਰਕਾਰੀਆ ਸਾਹਿਬ ਸੁੱਖ ਸਰਕਾਰੀਆ ਬਣ ਗਏ, ਬਿਲਕੁਲ। ਅਤੇ ਫਿਰ ਮੈਂ ਇਹ ਵੀ ਕਿਸੇ ਵੇਲੇ ਸੋਚਦਾ ਵੀ ਇਹ ਮਾਲਵੇ 'ਚ ਭੇਜਤਾ ਲੈ ਕੇ ਮਹਿਕਮਾ ਸਰਕਾਰੀਆ ਸਾਹਿਬ ਕੋਲੋਂ, ਬਿਲਕੁਲ, ਨਜ਼ਰ ਦੀ ਮਿਹਰ ਥੋੜ੍ਹੀ ਘੱਟ ਗਈ ਤਾਂ। ਹਾਂ, ਤੀਜੀ ਗੱਲ ਸਰਦਾਰ ਸਾਹਿਬ ਇਹ ਹੈ ਕਿ ਕੀ ਤੁਸੀਂ ਲੋਕ ਸਾਡੀਆਂ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੇ ਹੋ? ਹਾਂ, ਤੁਸੀਂ ਜਦੋਂ ਇੱਕ ਦੂਜੇ ਨੂੰ ਕਹਿੰਦੇ ਹੋ, ਬਿਲਕੁਲ, ਵੀ ਮੈਂ ਚੱਲ ਤੂੰ ਬਣਾ ਐਪਲੀਕੇਸ਼ਨ, ਮੈਂ ਉਨਾ ਸਾਈਨ ਕਰਦਾ, ਰਲ ਕੇ ਚੱਲਦੇ, ਰਲ ਕੇ ਤੇ ਤੁਸੀਂ ਕਦਮ ਨਹੀਂ ਚੱਲ ਸਕਦੇ, ਸਵਾਲ ਨਹੀਂ ਪੈਦਾ ਹੁੰਦਾ। ਤੇ ਤੁਸੀਂ ਜਿਸ ਗੱਲ 'ਤੇ ਰਲ ਕੇ ਚੱਲਣ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਕਿ ਜਾਣ ਮਲੂਕਾ ਸਾਹਿਬ ਜਾਣ, ਕਿਸੇ ਜਾਂਚ ਲਈ ਦੇਣ ਐਪਲੀਕੇਸ਼ਨ, ਉਧਰੋਂ ਕਾਂਗੜ ਦੇਣ, ਤੇ ਮੁੱਖ ਮੰਤਰੀ ਸਾਹਿਬ ਬੜੇ ਦਿਆਲੂ ਆ, ਬੜੇ ਔਖੇ ਸਵਾਲ। ਮੈਂ ਕਿਹਾ ਮੁੱਖ ਮੰਤਰੀ ਸਾਹਿਬ ਬੜੇ ਦਿਆਲੂ ਨੇ, ਤੇ ਉਹ ਕਹਿਣ ਵੀ ਹਾਂ ਇੱਕ ਮਹੀਨੇ ਦੇ ਅੰਦਰ ਕੋਈ ਵੱਡਾ, ਵੱਡੇ ਤੋਂ ਵੱਡਾ ਅਧਿਕਾਰੀ ਲਾ ਦੇਣ। ਅੱਛਾ, ਤੇ ਫਿਰ ਨਾਲ ਹੀ ਮਤਲਬ ਇਹ ਕਹਿ ਲੈਣ ਇੱਕ ਸਪੈਸ਼ਲ ਕੋਰਟ ਬਣਾ ਦੇਣ, ਹਾਂ, ਨਾਲ ਹੀ ਇਹ ਕਹਿ ਲੈਣ ਕਿ ਮੈਂ ਆਪਣੇ ਸੀਨੀਅਰ ਵਕੀਲ ਜਿਹੜੇ ਆ ਉਹ ਨਾਲ ਖੜੇ ਕਰ ਲਏ ਆ, ਭਾਈ ਤੂੰ ਵੀ ਖੜਾ ਕਰ ਲਾ ਆਪਣੇ ਵਕੀਲ। ਸਭ ਤੋਂ ਪਹਿਲਾਂ ਇਹ ਕਾਨੂੰਨ ਦੀਆਂ ਚੋਰ ਮੋਰੀਆਂ ਬੰਦ ਕਰਨ ਦੇ ਰਾਹ ਤੁਰਨਗੇ ਜੀ, ਸ਼ਿਕਾਇਤ ਕਰਨੀ ਤੇ ਬਹੁਤ ਦੂਰ ਦੀ ਗੱਲ ਹੈ, ਬਿਲਕੁਲ। ਤੇ ਫਿਰ ਸਾਨੂੰ ਕਿਉਂ ਦਿਖਾਉਂਦੇ? ਔਰ ਦੇਖੋ, ਨਹੀਂ ਨਹੀਂ ਸਰਦਾਰ ਜੀ, ਫਿਰ ਸਾਨੂੰ ਕਿਉਂ ਪਰੇਸ਼ਾਨ ਕਰ ਰਹੇ ਆ? ਜੇ ਕੋਈ ਅਖਬਾਰ ਲਿਖ ਦੇਵੇ, ਸੱਚ ਲਿਖ ਦੇਵੇ, ਇਹ ਕਹਿੰਦੇ ਸਾਡੀ ਭਾਵਨਾ ਤੋਹੀਨ ਹੋ ਗਈ ਜੀ, ਚੱਲ ਪਰਚਾ ਜੀ, ਲੁਧਿਆਣੇ ਦਾ ਅਖਬਾਰ ਰੋਜ਼ਾਨਾ ਪਹਿਰੇਦਾਰ ਜੀ, ਉਹਦੇ ਖਿਲਾਫ ਮਲੂਕਾ ਸਾਹਿਬ ਨੇ ਡਾਂਗ ਫੜੀ ਹੁੰਦੀ ਸੀ ਵੀ ਤੁਸੀਂ ਇੰਨਾ ਸੱਚ ਕਿਉਂ ਲਿਖਦੇ ਜੇ? ਉਹ ਕਹਿੰਦੇ ਜੀ ਤੁਹਾਡੇ ਸਾਹਮਣੇ ਮੈਂ ਕਿਸੇ ਨੂੰ ਚਪੇੜ ਵੀ ਮਾਰਦਾ, ਹਾਂ, ਤੁਸੀਂ ਦਿਖਾਉਣਾ ਨਹੀਂ। ਹਾਂ, ਤੁਹਾਡੇ ਸਾਹਮਣੇ ਕੰਵਰ ਸੰਧੂ ਦਾ ਚੈਨਲ ਕਿਹਨੇ ਬੰਦ ਕਰਾਇਆ? ਕਾਲੀਆਂ ਨੇ। ਕੀ ਕੰਵਰ ਸੰਧੂ ਦੇ ਉਸ ਚੈਨਲ ਨੇ ਇਹਨਾਂ ਦੇ ਕਿਸੇ ਸੌਦੇ 'ਚੋਂ ਹਿੱਸਾ ਲੈ ਲਿਆ ਸੀ? ਹਰਗਿਜ਼ ਨਹੀਂ। ਦੇਖੋ, ਸਰਕਾਰਾਂ ਨੂੰ ਸੱਚ ਵੀ ਜਿਹੜਾ ਆ ਉਹ ਚੁੱਭਦੇ ਨੇ, ਚੁੱਭੀ ਜਾਣ ਫਿਰ ਸੱਚ ਹੁਣ ਕੀ ਆ? ਸੱਚ ਤੇ ਸੂਰਜ ਵਾਂਗ ਚਮਕਦਾ ਰਿਹਾ। ਹੁਣ ਗਲਤ ਸਿਰਫ ਇਹ ਆ ਕਿ ਕਾਂਗੜ ਸਾਹਿਬ ਨੇ ਆਪਣੇ ਹੀ ਜਿਹੜਾ ਬਿਜਲੀ ਦਾ ਮਹਿਕਮਾ ਆ, ਜਿਹੜਾ ਚੇਅਰਮੈਨ ਆ PSPCL ਦਾ, ਉਹਦੀ ਕਾਰਗੁਜ਼ਾਰੀ ਦੇ ਉੱਤੇ ਉਂਗਲ ਚੁੱਕੀ ਹੈ। ਜੇ ਉਹਦੀ ਮੈਂ ਇੱਥੋਂ ਗੱਲ ਤੁਹਾਡੀ ਸ਼ੁਰੂ ਕਰਾਊਂਗਾ। ਹਾਂ, ਪਹਿਲੀ ਗੱਲ ਪੂਰੀ ਨਹੀਂ ਹੋਈ ਜੀ। ਦੇਖੋ, ਗੱਲ ਸੱਚ ਦੀ ਕਰਨ ਲੱਗਿਓ ਅਤੇ ਨਾਲ ਜੋੜ ਲਿਆ ਕੰਵਰ ਸੰਧੂ, ਬਿਲਕੁਲ, ਮੈਨੂੰ ਇੱਕ ਗਿਲਾ ਕੰਵਰ ਸੰਧੂ 'ਤੇ ਜੀ। ਸਰਦਾਰ ਜੀ, ਮੈਂ ਇਸ ਖੇਤਰ 'ਚ ਬੋਲਣ ਵਾਲੇ, ਮੈਂ ਪੱਤਰਕਾਰ ਨਹੀਂ ਜੀ, ਮੈਂ ਪੰਜਾਬੀ ਦਾ ਬੰਦਾ ਜੀ, ਅਦਰਵਾਈਜ਼ ਮੈਂ ਪੱਤਰਕਾਰ ਨਹੀਂ ਜੀ। ਤੁਸੀਂ ਜਰਨਲਿਜ਼ਮ ਦੇ ਵਿੱਚ ਕਾਫੀ ਲੰਬਾ ਸਮਾਂ ਤੈਅ ਕੀਤਾ ਜੀ, ਸਵਾਲ ਤਾਂ ਇਹ ਆ ਕਿ ਕੰਵਰ ਸੰਧੂ ਜੇ MLA ਬਣ ਗਿਆ ਫਿਰ ਕੀ ਹੋਇਆ? ਉਹ ਆਪਣਾ ਪ੍ਰੋਫੈਸ਼ਨਲ ਅਤਾ ਪਤਾ ਕਿਉਂ ਭੁੱਲ ਗਿਆ? ਬਿਲਕੁਲ, ਸਵਾਲ ਤਾਂ ਇਹ ਆ ਜੀ ਕਿ ਕੰਵਰ ਸੰਧੂ ਕੋਲ ਤਾਮਚਾਮ ਹੋਵੇ ਤੇ TV ਚੈਨਲ ਚਲਾਇਆ ਜਾਵੇ, ਐਸੀ ਕਿਹੜੀ ਗੱਲ ਆ ਜੀ? ਜਦੋਂ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ, ਕੰਵਰ ਸੰਧੂ ਕੋਲ ਸਕਿੱਲ ਆ,
ਕੰਵਰ ਸੰਧੂ ਨੂੰ ਕਿਸੇ LOP ਦੇ ਅਹੁਦੇ ਦੀ ਲੋੜ ਨਹੀਂ, ਕੰਵਰ ਸੰਧੂ ਨੂੰ ਸਰਦਾਰ ਸਾਹਿਬ ਕਿਸੇ ਜੁਗਾੜ ਦੀ ਲੋੜ ਨਹੀਂ, ਕੰਵਰ ਸੰਧੂ ਆਪਣੇ ਘਰ ਦੇ ਇੱਕ ਕਾਰਨਰ ਦੇ ਵਿੱਚੋਂ 2 ਜਾਂ 4 ਜਾਂ 5 ਲੋਕਾਂ ਨੂੰ ਅਪੁਆਇੰਟ ਕਰਕੇ ਜੀ ਇੱਕ ਵਧੀਆ TV ਚੈਨਲ ਚਲਾ ਸਕਦਾ ਸੋਸ਼ਲ ਮੀਡੀਆ ਤੇ। ਜੇ ਕੰਵਰ ਸੰਧੂ ਚਾਹੁੰਦਾ ਸੀ ਪੰਜਾਬ ਦੀ ਆਵਾਜ਼ ਬਣਨਾ ਤੇ ਕੰਵਰ ਸੰਧੂ ਨੇ ਆਪਣੀ ਪੇਸ਼ੇਵਰ ਲੀਆਂ ਕਿਉਂ ਤਿਆਗੀਆਂ? ਕੰਵਰ ਸੰਧੂ ਨੇ ਸੱਚ ਦਾ ਜਿਹੜਾ ਖੁਰਾ ਖੋਜ ਨੱਪਣਾ ਕਿਉਂ ਛੱਡਤਾ? ਕੰਵਰ ਸੰਧੂ ਸਭ ਤੋਂ ਨੰਬਰ 1 ਦਾ ਪੱਤਰਕਾਰ ਸਾਬਤ ਹੋ ਸਕਦੇ ਸੀ ਇਸ ਵੇਲੇ। ਕੰਵਰ ਸੰਧੂ ਨੂੰ ਚਾਹੀਦਾ ਸੀ ਕਿ MLA ਬਣਨ ਤੋਂ ਬਾਅਦ ਉਹਨਾਂ ਦੀ ਤਾਕਤ ਵਧੀ ਸੀ, ਉਸ ਤਾਕਤ ਨੂੰ ਵਰਤ ਕੇ ਉਹ ਆਪਣੇ ਆਪ ਨੂੰ ਖੜਾ ਨਹੀਂ ਕਰਦੇ, ਪੂਰੇ ਪੰਜਾਬ ਨੂੰ ਖੜਾ ਕਰਦੇ, ਇੱਕ ਵੱਡੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਸਕਦੇ ਸੀ। ਉਹਨਾਂ ਨੂੰ ਤੇ MLA ਹੁੰਦਿਆਂ ਹੱਥ ਵੀ ਕਿਸੇ ਨੇ ਨਹੀਂ ਪਾਉਣਾ। ਹਾਂ, ਨਾਲੇ ਗਲਤ ਫਿਰ ਉੱਥੇ ਆ ਗਈ ਕਿ ਮੈਂ ਜਿਹੜਾ ਲਫ਼ਜ਼ ਵਰਤਿਆ ਸਿਆਹ ਸੱਤ, ਤੁਸੀਂ ਫਿਰ ਉੱਥੇ ਲੈ ਆਉਂਦਾ ਘੁਮਾ ਕੇ, ਮੈਂ ਤਾਂ ਨਿਕਲ ਗਿਆ ਸੀ ਗਾਂਹ ਨੂੰ ਜੀ। ਹੁਣ ਸਵਾਲ ਇਹ ਆ ਕਿ ਜਦੋਂ ਤੁਸੀਂ ਕਿਸੇ ਨੂੰ ਕੋਈ ਤੁਹਾਡੇ ਖਿਲਾਫ਼ ਬੋਲ ਰਿਹਾ, ਤੁਸੀਂ ਸੁਣਨ ਨੂੰ ਤਿਆਰ ਨਹੀਂ ਹੋ ਜੀ ਜੀ, ਕੋਈ ਸ਼ਖਸ ਤੁਹਾਡੇ ਖਿਲਾਫ਼ ਨਿੱਜੀ ਨਹੀਂ ਬੋਲਦਾ ਪਿਆ ਜੀ, ਜੇ ਅੱਜ ਕਾਂਗੜ ਦੇ ਖਿਲਾਫ਼ ਕੋਈ ਅਖਬਾਰ 'ਚ ਖਬਰ ਛਪ ਰਹੀ ਹੈ ਤਾਂ ਉਹ ਕਾਂਗੜ ਦੇ ਖਿਲਾਫ਼ ਨਹੀਂ ਹੈ, ਉਹ ਇਸ ਸੂਬੇ ਦੇ ਮਾਲ ਮੰਤਰੀ ਦੇ ਖਿਲਾਫ਼ ਹੈ। ਤੇ ਸੂਬੇ ਦੇ ਮਾਲ ਮੰਤਰੀ ਨੇ ਤਾਂ ਇੱਕ ਜੇ ਜਾਂਚ ਦਾ ਪਾਸਾ ਵੀ ਨਹੀਂ ਕੀਤਾ, ਜਿਹੜਾ ਉਹ ਕਿਹੜਾ ਸੀਗਾ ਸ਼ੁਤਰਾਣੇ ਵਾਲਾ MLA, ਉਹ ਜਿੰਨੇ ਇੱਕ ਤਹਿਸੀਲਦਾਰ ਦੇ ਖਿਲਾਫ਼, ਉਹ ਤਹਿਸੀਲਦਾਰ ਦੇ ਖਿਲਾਫ਼ ਜਿਹੜੀ ਜਾਂਚ ਸ਼ੁਰੂ ਸੀ ਉਹ ਮਲੂਕਾ ਸਾਹਿਬ ਨੇ, ਕਾਂਗੜ ਸਾਹਿਬ ਨੇ ਅੱਜ ਤੱਕ ਦੱਸੀ ਕਿੱਥੇ ਪਹੁੰਚੀ? ਤੁਹਾਨੂੰ ਉਹੀ ਗੱਲ ਦੱਸੀ, 3 ਦਿਨ 'ਚ ਦੇਣੀ ਸੀ ਉਹ ਰਿਪੋਰਟ। ਤੁਹਾਡਾ ਰੁਤਬਾ ਜਿਹੜਾ ਆ ਜੀ, ਤੁਹਾਡੀ ਰੁਤਬੇ ਦੀ ਜਿਹੜੀ ਕਾਰਜਸ਼ੈਲੀ ਆ, ਤੁਸੀਂ ਕਾਰਜਸ਼ੈਲੀ 'ਤੇ ਸਵਾਲ ਉਠਾਇਆ ਬਿਜਲੀ ਬੋਰਡ ਦੇ PSPCL ਦੇ ਚੇਅਰਮੈਨ ਦੀ 'ਤੇ ਜੀ, ਹੁਣ ਤੁਹਾਡੀ ਜਿਹੜੀ ਕਾਰਜਸ਼ੈਲੀ ਸੀ ਉਹਦੇ 'ਤੇ ਸਵਾਲ ਉਠਾਇਆ ਸੀ ਸ਼ੁਤਰਾਣਾ ਨੇ, ਠੀਕ ਹੈ। ਉਹਦੇ ਤੋਂ ਇਲਾਵਾ ਜਿਹੜਾ ਸਵਾਲ ਤੁਸੀਂ ਉਠਾ ਰਹੇ ਹੋ ਉਹ ਤੁਹਾਡੇ 'ਤੇ ਮਲੂਕਾ ਕਿਉਂ ਅਟੈਕ ਕਰ ਰਹੇ ਨੇ, ਇੱਕ ਸਾਬਕਾ ਮੰਤਰੀ ਨੇ ਮਲੂਕਾ ਜੀ ਵੀ ਜੀ ਕਿਉਂ ਕਰ ਰਹੇ ਨੇ, ਥੱਲੇ 'ਤੇ ਕੁਛ ਹੋਰ ਹੈ ਵੀ ਜਿਹੜਾ ਸਹਿਕਾਰੀ ਬੈਂਕ ਦੀ ਡਾਇਰੈਕਟਰੀ ਸੀ ਉਹਦੇ 'ਚ ਮੇਰੇ ਬੱਚੇ ਦਾ ਧਿਆਨ ਨਹੀਂ ਰੱਖਿਆ ਗਿਆ। ਅਗਲੇ ਕਹਿੰਦੇ 10 ਸਾਲ ਸਾਡਾ ਧਿਆਨ ਰੱਖਿਆ ਸੀ, ਤੁਹਾਡਾ ਰੱਖੀਏ। ਗਲਤ ਫਿਰ ਉੱਥੇ ਆ ਗਈ ਕਿ ਤੁਸੀਂ ਨਾ ਜਾਂਚ ਕਰਾਉਣੀ ਹੈ ਨਾ ਤੁਹਾਡਾ ਕੋਈ ਇਹੋ ਜਿਹਾ ਹੈ। ਸਰਦਾਰ ਸਾਹਿਬ ਅਖੀਰ 'ਚ ਇਹ ਗੱਲ ਹੋਣੀ ਹੈ ਕਿ ਇਹ ਤਾਂ ਸਿਆਸੀ ਭਾਈ ਵਾਲੀ ਆ, ਥੋੜ੍ਹਾ ਪ੍ਰੈਸ਼ਰ ਬਣਾਓ ਅਤੇ ਬਾਅਦ ਦੇ ਵਿੱਚ ਸਹਿਮਤੀ ਬਣਾ ਲਓ। ਬਸ ਜਿੱਦਾਂ ਸਾਡੇ ਆ ਗਾਂਧੀ ਗਰਾਊਂਡ ਹੈ ਜੀ, ਗਾਂਧੀ ਗਰਾਊਂਡ ਹੈ, ਧੁੰਦ ਪੈਂਦੀ ਹੈ ਜੀ, ਮੈਚ ਨਹੀਂ ਹੋ ਰਹੇ, ਲੇਕਿਨ ਜਿਹੜੇ ਖਿਡਾਰੀ ਨੇ ਉਹ ਸਵੇਰੇ ਵਾਰਮ ਅਪ ਹੋਣ ਲਈ ਜ਼ਰੂਰ ਆਉਂਦੇ ਨੇ, ਖੇਡਦੇ ਨੇ ਪੂਰਾ, ਉਹ ਨੈੱਟ ਦੇ ਵਿੱਚ ਬਕਾਇਦਾ ਇੱਕ ਬੰਦਾ ਬੈਟ ਲੈ ਕੇ ਖੜਾ ਹੁੰਦਾ ਅਤੇ ਦੂਸਰਾ ਬੰਦਾ ਬੋਲਿੰਗ ਕਰ ਰਿਹਾ ਜੀ, ਉਹ ਇਹ ਤੁਹਾਡੀ ਜਿਹੜੀ ਨੈੱਟ ਪ੍ਰੈਕਟਿਸ ਹੈ ਨਾ ਇਹ ਹੁਣ ਸੱਤਾ ਤੋਂ ਬਾਹਰ ਹੋ ਰਹੀ ਹੈ ਜੀ। ਤੁਸੀਂ ਕਦੀ ਤਾਂ ਇਹ ਨੈੱਟ ਪ੍ਰੈਕਟਿਸ ਕਰਦੇ ਹੋ ਜਾ ਕੇ ਇੱਧਰ ਮਾਝੇ 'ਚ ਕਰਦੇ ਹੋ ਆ ਕੇ ਸ਼ੁਰੂ ਕਰਦੇ ਹੋ, ਬਿਲਕੁਲ ਪਹਿਲਾਂ ਤੁਸੀਂ ਮਾਝੇ 'ਚ ਨੈੱਟ ਪ੍ਰੈਕਟਿਸ ਸ਼ੁਰੂ ਕੀਤੀ ਵੀ ਦੇ ਗੇਂਦ 'ਤੇ ਗੇਂਦ, ਦੇ ਗੇਂਦ 'ਤੇ ਗੇਂਦ, ਹੁਣ ਮਾਫ ਕਰ ਰਹਾ ਜਿਹੜਾ ਸਾਹਮਣੇ ਖਿਡਾਰੀ ਖੜਾ ਕੀਤਾ ਜਿਹਨੂੰ ਤੁਸੀਂ ਆਊਟ ਕਰਨਾ ਚਾਹੁੰਦੇ ਹੋ ਉਹ ਨਹੀਂ ਹੋ ਰਿਹਾ ਕਿਉਂਕਿ ਕੱਲ੍ਹ ਤੱਕ ਰੈਫਰੀ ਤੁਹਾਡੇ ਸੀ, ਅੱਜ ਰੈਫਰੀ ਉਹਨਾਂ ਦੇ ਨੇ। ਉਹ ਸਰਦਾਰ ਜੀ ਕੜੇਲੇ ਨਿਕਲ ਜਾਣੇ ਭਰੇ ਦਿੱਲੀ ਵਾਲੇ ਪਾਸੇ, ਦਿੱਲੀ ਬੜੀ ਬੇਦਿਲੀ ਆ, ਵਹਿੰਦੇ ਜਾਓ ਅਗਲੇ ਦਿਨਾਂ 'ਚ ਕੀ ਹੁੰਦਾ ਹੈ। ਅੱਛਾ, ਹਾਂ ਕੇਜਰੀਵਾਲ ਨੇ ਲੰਗੋਟ ਕੱਸਿਆ, ਉਹ ਕਹਿੰਦਾ ਇੱਧਰਲੇ ਮੈਦਾਨ 'ਚ ਆਓ, ਐਰਕਾ ਮੈਂ ਦੱਸਦਾ ਖੇਡ ਕਿੱਦਾਂ ਖੇਡੀ ਦੀ ਆ, BJP ਦੇ ਪਸੀਨੇ ਛੁੱਟੇ ਪਏ ਆ। ਤੁਸੀਂ ਨਾ ਤੁਸੀਂ ਕੇਜਰੀਵਾਲ ਦੀ ਗੱਲ ਨਾ ਕਰਿਆ ਕਰੋ, ਫਿਰ ਤੁਸੀਂ ਆਪ ਹੀ ਕੇਜਰੀਵਾਲ ਦੇ ਖਿਲਾਫ਼ ਹੋ ਜਾਂਦੇ ਹੋ। ਮੈਂ ਤਾਂ ਪੰਜਾਬ ਦਾ ਦਰਦ, ਕੇਜਰੀਵਾਲ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਹੈ, ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹ ਸੱਜਰਾ ਗਾਉਣ ਲੱਗ ਗਿਆ ਫਿਰ ਉਹ, ਹਾਂ ਉਹ ਸੱਤਾ ਤੋਂ ਇਸ ਹੱਦ ਤੱਕ ਨਿਰਾਸ਼ ਹੋ ਚੁੱਕਾ, ਉਹ ਕਹਿੰਦਾ ਕੀ ਕਰਾਂ, ਕਹਿੰਦਾ ਕੀ ਕਰਾਂ, ਜੇ ਪਾਰਲੀਮੈਂਟ 'ਚ ਜਾਣਾ ਅਤੇ ਮੈਂਬਰ ਮੇਰਾ ਮੂੰਹ ਸੁੰਘਣ ਆਉਂਦੇ ਨੇ, ਜੇ ਮੈਂ ਸੂਬੇ 'ਚ ਬੋਲਦਾ ਅਤੇ ਆਪਣੇ ਬੰਦੇ ਜਿਹੜੇ ਨੇ ਪੱਤਰਕਾਰ ਨਹੀਂ ਜੀਣ ਦਿੰਦੇ, ਪੱਤਰਕਾਰ ਨਹੀਂ ਜੀਣ ਦਿੰਦੇ, ਔਖੇ ਸਵਾਲ ਕਰਦੇ ਨੇ, ਅਤੇ ਕਹਿੰਦਾ ਵੀ ਫਿਰ ਮੈਂ ਕੁਲਫੀ ਗਰਮਾ ਗਰਮ ਵੇਚ ਲਵਾਂ ਚੰਗੀ ਨਹੀਂ ਹੈ। ਹੁਣ ਉਹਦਾ ਗੀਤ ਜਿਹੜਾ ਆ, ਸਰਦਾਰ ਜੀ ਬੇਨਤੀ ਹੈ, ਤੁਸੀਂ ਤਾਂ ਬਹੁਤ ਮਾਹਿਰ ਬੰਦੇ ਹੋ। ਨਹੀਂ ਮਾਹਿਰ ਨਹੀਂ ਹੈ, ਸੁਣ ਲਓ ਜੀ, ਜਦੋਂ ਤੁਸੀਂ ਨਿੱਜ ਤੋਂ ਪਬਲਿਕ ਤੱਕ ਜਾਂਦੇ ਹੋ ਨਾ ਜੀ ਸਰ, ਇਹ ਸਾਰਾ ਸੁਣਨਾ ਪੈਂਦਾ। ਹਾਂ ਅੱਜ ਅਸੀਂ ਨਿੱਜੀ ਹਾਂ ਜੀ, ਅੱਜ ਅਸੀਂ ਇੱਕ ਕਰਦੇ ਹਾਂ, ਉਸ ਤੋਂ ਬਾਅਦ ਸਾਡੀ ਕੋਈ ਇਹ ਲਾਇਬਿਲਟੀ ਐਡੀ ਵੱਡੀ ਨਹੀਂ ਗੀ ਜੀ, ਅਸੀਂ ਲੋਕ ਇੱਕ ਪ੍ਰੋਫੈਸ਼ਨ 'ਚ ਹੈ ਜੀ, ਠੀਕ ਹੈ ਜੀ, ਸਾਡਾ ਨਿੱਜ ਸਾਡਾ ਹੈ। ਹਾਂ ਲੇਕਿਨ ਜਦੋਂ ਅਸੀਂ ਪਬਲਿਕ ਡੋਮੇਨ 'ਚ ਚਲੇ ਜਾਂਦੇ ਹਾਂ ਜੀ, ਅੱਜ ਕੱਲ੍ਹ ਤਾਂ ਸਾਡਾ ਨਿੱਜ ਵੀ ਸਾਡਾ ਨਹੀਂ ਰਹਿ ਗਿਆ ਜੀ, ਅਤੇ ਜਿਹੜਾ ਪੋਲੀਟੀਸ਼ੀਅਨ ਹੈ
ਉਹ ਕਿੱਦਾਂ ਕਹਿ ਸਕਦਾ ਕਿ ਮੇਰਾ ਨਿੱਜੀ ਆ? ਉਹਦਾ ਦੇਖੋ ਗਾਹੇ ਬਗਾਹੇ ਜੀ ਉਹਦੇ ਨਿੱਜ ਨੂੰ ਇੱਕ ਆਈਡੀਅਲ ਵਜੋਂ ਲੋਕ ਤਸੱਵਰ ਕਰਨ ਲੱਗਦੇ ਆ ਕਿ ਭਾਈ ਤੇਰਾ ਕਿਰਦਾਰ ਤੇਰਾ ਸੁਭਾਅ ਉਹ ਸੋਸਾਇਟੀ ਲਈ ਮਕੂਲ ਹੋਣਾ ਚਾਹੀਦਾ, ਆਈਡੀਅਲ ਹੋਣਾ ਚਾਹੀਦਾ। ਹੁਣ ਇਸ ਵੇਲੇ ਜਿਹੜੀ ਗੱਲ ਤੁਸੀਂ ਕੀਤੀ ਸੀ ਵੀ ਮੈਂ ਕੇਜਰੀਵਾਲ ਦੇ, ਮੈਨੂੰ ਜਦੋਂ ਪੰਜਾਬ ਚੇਤੇ ਆਉਂਦਾ 2017 ਚੇਤੇ ਆਉਂਦਾ, ਮੈਨੂੰ NRIs ਦੀਆਂ ਟੁੱਟੇ ਸੁਪਨੇ ਚੇਤੇ ਆਉਂਦੇ ਆ, ਮੈਨੂੰ ਉਦੋਂ ਕੇਜਰੀਵਾਲ ਨਾਲ ਖਿੱਚ ਤੇ ਘਿਰਨਾ ਆਉਣ ਲੱਗਦੀ ਆ ਕਿ ਇੱਕ ਬਣੀ ਬਣਾਈ ਮੂਵਮੈਂਟ ਲੁੱਟ ਲਈ ਗਈ। ਦੂਜੀ ਗੱਲ ਮੈਨੂੰ ਉਹਦੇ ਨਾਲ ਘਿਰਨਾ ਉਦੋਂ ਹੁੰਦੀ ਆ ਕਿ ਜਦੋਂ ਅੰਨਾ ਹਜ਼ਾਰੇ ਵਾਲਾ ਜਿਹੜਾ ਅੰਦੋਲਨ ਸੀ ਲੋਕਪਾਲ ਦੇ ਮਾਮਲੇ 'ਚ, ਇੱਕ ਦੇਸ਼ ਭਰ ਦੇ ਵਿੱਚ ਮੁਹਿੰਮ ਵਿੱਢੀ ਗਈ ਸੀ ਕਰਪਸ਼ਨ ਦੇ ਖਿਲਾਫ, ਇੱਕ ਮੂਵਮੈਂਟ ਉਹਦਾ ਵੀ ਸਿਰ ਕੇਜਰੀਵਾਲ ਨੇ ਦਿੱਲੀ ਦੀ ਮਿਊਂਸੀਪਲ ਕਾਰਪੋਰੇਸ਼ਨ ਵਰਗੀ ਸਰਕਾਰ ਬਣਾ ਕੇ ਲੈ ਲਿਆ। ਜਦੋਂ ਕੇਜਰੀਵਾਲ ਬਹੁਤ ਵੱਡੀ ਗੇਮ ਖੇਡ ਸਕਦਾ ਸੀ, ਉਹ ਬਹੁਤ ਛੋਟੇ ਨਾਲ ਸੰਤੁਸ਼ਟ ਹੋ ਗਿਆ। ਸਵਾਲ ਤਾਂ ਇਹ ਹੈ ਸਰਦਾਰ ਸਾਹਿਬ, ਸਾਨੂੰ ਕੇਜਰੀਵਾਲ ਦੇ ਨਿੱਜ ਨਾਲ ਕੋਈ ਲੈਣਾ ਦੇਣਾ ਨਹੀਂ, ਲੇਕਿਨ ਇੱਕ ਵੱਡੀ ਮੂਵਮੈਂਟ ਦਾ ਸਿਰ ਬਣ ਕੇ ਉਹ ਆਪਣੇ ਆਪ ਨੂੰ ਲੁਕਾ ਗਿਆ। ਹੁਣ ਭਾਵੇਂ ਦਿੱਲੀ 'ਚ ਜਿੱਤ ਜੇ, ਫਿਰ ਬਸ ਮੈਂ ਤੁਹਾਡੇ ਮੂੰਹ ਇਹੋ ਸੁਣਨਾ ਸੀ ਜੀ, ਜਦੋਂ ਕੇਜਰੀਵਾਲ ਸੱਤਾ 'ਚ ਆਉਂਦਾ ਹੈ ਉਹਦੀ ਸੱਤਾ ਦਾ ਆਧਾਰ ਕੀ ਸੀ ਜੀ? ਕਿ ਕੇਂਦਰ ਦੇ ਵਿੱਚ ਆ ਧੋਖੇਬਾਜ਼ੀਆਂ ਹੋ ਰਹੀਆਂ ਨੇ ਜੀ, ਆ ਫਲਾਣੇ ਮਹਿਕਮੇ ਦਾ ਫਲਾਣਾ ਫਰਾਡ ਹੋ ਰਿਹਾ ਜੀ, ਆ ਮੰਤਰੀ ਆ ਮਹਿਕਮੇ ਨੇ ਇੰਨਾ ਗਵਰਨ ਕਰ ਲਿਆ ਜੀ, ਆ ਇਸ ਮਹਿਕਮੇ ਨੇ ਆ ਖਾ ਲਿਆ, ਇਸ ਕਾਰਪੋਰੇਟ ਘਰਾਣੇ ਨੇ ਇੰਨਾ ਨੁਕਸਾਨ ਕੀਤਾ, ਇਸ ਨੁਕਸਾਨ ਕੀਤਾ, ਉਹੀ ਗੱਲਾਂ ਆ ਰਹੀਆਂ ਸੀ ਕਿ ਉਹਦੇ ਤੋਂ ਬਾਅਦ ਉੱਪਰ ਸਭ ਕੁਝ ਅੱਛਾ ਹੋਣਾ ਸ਼ੁਰੂ ਹੋ ਗਿਆ। ਕੀ ਸਭ ਚੰਗਾ ਹੋ ਗਿਆ ਜਦੋਂ ਇਹ ਮੁੱਖ ਮੰਤਰੀ ਬਣ ਗਏ? ਇਹੀ ਸਵਾਲ ਹੋਣਾ ਕਿ ਜਦੋਂ ਤੁਸੀਂ 15 ਸਾਲ, ਮਾਫ ਕਰਨਾ ਮੈਂ ਕਾਂਗੜ ਦੇ ਬਿਲਕੁਲ, ਮੈਂ ਉਹਨਾਂ ਨੂੰ ਨਿੱਜੀ ਤੌਰ 'ਤੇ ਜਾਣਦਾ ਵੀ ਨਹੀਂ ਵੀ ਕੌਣ ਨੇ, ਕਿਉਂਕਿ ਜਿਹੜੇ ਮਹਿਕਮੇ ਦੇ ਉਹ ਹੈ ਨੇ, ਉਸ ਮਹਿਕਮੇ ਬਾਰੇ ਅੱਜ ਵੀ ਲੋਕ ਕਹਿੰਦੇ ਕਿ ਰੱਬ ਕੋਈ ਇਹਨਾਂ ਨਾਲ ਬਾਹ ਨਾ ਪਾ ਦੇਵੇ ਜੀ। ਲੇਕਿਨ ਜੀ ਜਿਹਨਾਂ ਲੋਕਾਂ ਨੇ, ਜਿਹਦੇ ਵਿੱਚ ਸਰਦਾਰ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਿਲ ਨੇ, ਜਿਹਨਾਂ ਨੇ ਧਰਮ ਦੇ ਨਾਂ 'ਤੇ ਸਿਆਸਤ ਕੀਤੀ ਜੀ, ਕੀ ਉਹ ਸਭ ਤੋਂ ਪਹਿਲਾਂ ਆਪਣੇ ਉਸ ਕਾਰਜਕਾਲ ਦਾ ਕੋਈ ਜਾਂਚ ਕਰਵਾ ਲੈਣਗੇ? ਜੇ ਮਲੂਕਾ ਸਾਹਿਬ ਨੂੰ ਯਾਦ ਨਹੀਂ ਤਾਂ ਮੈਂ ਯਾਦ ਕਰਵਾ ਦੇਵਾਂ ਕਿ 1997 ਦੇ ਵਿੱਚ ਜਿਹੜੀ ਚੋਣ ਹੁੰਦੀ ਆ ਵਿਧਾਨ ਸਭਾ ਪੰਜਾਬ ਦੀ, ਉਹਦੇ ਵਿੱਚ ਤੁਹਾਡਾ ਇੱਕ ਮੈਨੀਫੈਸਟੋ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਆ ਕਿ ਜੋ ਕੁਛ ਪੰਜਾਬ ਦੇ ਵਿੱਚ 1980 ਤੋਂ ਲੈ ਕੇ 1995 ਤੱਕ ਹੋਇਆ ਉਹਦੇ 'ਚ ਆਰਥਿਕਤਾ ਡੁੱਬੀ ਹੈ ਤੁਹਾਡੀ ਪੰਜਾਬ ਦੀ ਜੀ। ਇਹ ਮਤ ਸੋਚੋ ਕਿ ਨੌਜਵਾਨ ਹੀ ਮਾਰੇ ਗਏ ਨੇ, ਉਹਨਾਂ ਦੀਆਂ ਜਾਇਦਾਦਾਂ, ਉਹਨਾਂ ਦੀਆਂ ਜ਼ਮੀਨਾਂ ਜੀ, ਉਹਨਾਂ ਦੇ ਜਿਹੜਾ ਮਾਂ ਬਾਪ ਦਾ ਜਿਹੜਾ ਕਰੋੜਾਂ ਅਰਬਾਂ ਰੁਪਈਆ ਪੈਸਾ ਹੈ ਜਿਹੜਾ ਆਪਣੇ ਬੱਚਿਆਂ ਦੀ ਤਲਾਸ਼ ਦੇ ਉੱਤੇ ਕਾਨੂੰਨੀ ਕੇਸ ਲੜਦਿਆਂ ਲੱਗਾ, ਉਹ ਸਾਰਾ ਪੰਜਾਬ ਦੀ ਆਰਥਿਕਤਾ ਨੂੰ ਖੂਹ ਖਾਤੇ ਸੁੱਟਣ ਵਾਲਾ ਸੀ। ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਟਰੁੱਥ ਫਾਈਂਡਿੰਗ ਕਮਿਸ਼ਨ ਕਾਇਮ ਕਰਾਂਗੇ, ਬਿਲਕੁਲ ਕਿਹਾ ਸੀ ਸਾਹ ਸਿਕੰਦਰ ਸਿੰਘ ਜੀ ਮਲੂਕਾ ਜੀ, ਜੇ ਤੁਸੀਂ ਵਾਕਈ ਕਰਨੀ ਚਾਹੁੰਦੇ ਹੋ, ਜਾਂਚ ਕਰਵਾਉਣੀ ਚਾਹੁੰਦੇ ਹੋ, ਤੇ ਫਿਰ ਇਕੱਲੇ ਨਹੀਂ ਇੱਕ ਵਾਰ ਫਿਰ ਐਲਾਨ ਕਰੋ ਕਿ ਸਭ ਤੋਂ ਪਹਿਲਾਂ ਆਪਣਾ ਜਿਹੜਾ ਪੀੜ੍ਹੀ ਆ ਉਹਨੂੰ ਫਰੋਲ ਲਓ। ਇੱਕ ਗੀਤ ਦੀਆਂ ਸਤਰਾਂ ਨੇ ਜੀ, ਬਾਹਰ ਕਫਨ ਦੇ ਖਾਲੀ ਹੱਥ ਸਿਕੰਦਰ ਦੇ ਜੀ, ਲੈ ਸਕਦਾ ਕੁਝ ਨਾਲ ਤੇ ਜਾਂਦਾ ਲੈ ਜਾਂਦਾ। ਸਿਕੰਦਰ ਦੁਨੀਆ ਜਿੱਤਣ ਆਇਆ, ਬਿਲਕੁਲ ਠੀਕ, ਤੇ ਖਾਲੀ ਹੱਥ ਸੁਨੇਹਾ ਦੇ ਗਿਆ ਜੀ, ਇਹੀ ਦੇ ਗਿਆ ਸੀ ਨਾ ਸੁਨੇਹਾ ਜੀ ਜੀ, ਵੀ ਇਹ ਦੁਨੀਆਂ ਤੋਂ ਖੜਿਆ ਕੱਖ ਨਹੀਂ ਜਾਂਦਾ ਜੀ ਜੀ। ਉਹ ਸਿਕੰਦਰ ਤੁਰ ਗਿਆ, ਇਹ ਸਿਕੰਦਰ ਕਿਹਦੇ ਪਾਣੀ ਆ ਰਹਾ, ਤੁਸੀਂ ਵੀ ਨਹੀਂ ਰਹਿਣਾ, ਮੈਂ ਵੀ ਨਹੀਂ ਰਹਿਣਾ। ਅਖੀਰ ਦੇ ਵਿੱਚ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ ਦੀਆਂ ਸਾਲਾਂ ਤੱਕ ਗੱਲਾਂ ਚੱਲਦੀਆਂ, ਕਈ ਕਾਲੇ ਅੱਖਰਾਂ 'ਚ ਲਿਖੇ ਜਾਂਦੇ ਆ, ਕਈ ਸੁਨਹਿਰੀ ਅੱਖਰਾਂ 'ਚ ਰਹਿੰਦੇ ਨੇ। ਸਵਾਲ ਤਾਂ ਇਹ ਆ ਕਿ ਅਸੀਂ ਜਦੋਂ ਪਾਵਰ ਹੱਥ 'ਚ ਹੁੰਦੀ ਆ, ਜਦੋਂ ਜਵਾਨੀਆਂ ਹੁੰਦੀਆਂ ਨੇ, ਉਦੋਂ ਇਹ ਭੁੱਲ ਜਾਂਦੇ ਹਾਂ ਕਿ ਕਾਲ ਸਾਡੇ ਸਿਰ 'ਤੇ ਹੀ ਆ, ਅਸੀਂ ਇੱਕ ਦਿਨ ਮਰਨਾ ਹੈ, ਇਸ ਜ਼ਿੰਦਗੀ ਦਾ ਸੱਚ ਹੀ ਮਰਨਾ ਹੈ, ਤੇ ਅਸੀਂ ਉਸੇ ਮਰਨ ਦੇ ਭੈ ਥੱਲੇ ਬਹੁਤ ਕੁਝ ਗਲਤ ਕਰ ਜਾਂਦੇ ਹਾਂ ਤੇ ਬਹੁਤ ਕੁਝ ਅਸੀਂ ਠੀਕ ਨਹੀਂ ਕਰਦੇ। ਇਹ ਜੋ ਸੱਤਾ ਦੇ ਅੱਜ ਬਣ ਜਾ ਰਿਹਾ, ਇਹ ਕੱਲ੍ਹ ਨੂੰ ਨਹੀਂ ਹੋਣਗੇ, ਕੋਈ ਨਵੀਂ ਧਿਰ ਹੋਊਗੀ, ਲੇਕਿਨ ਜੇ ਇਹ ਸੂਬੇ ਨੇ ਬਚਣਾ ਹੈ ਤੇ ਮੈਨੂੰ ਲੱਗਦਾ ਕਿ ਕੁਝ ਕਰਨਾ ਤਾਂ ਪੈਣਾ ਲੋਕਾਂ ਨੂੰ। ਰੰਧਾਵਾ ਜੀ, ਜਦੋਂ ਤੁਸੀਂ ਅੱਜ ਵਾਰ ਵਾਰ ਕਵੀਆਂ ਤੇ ਗਾਇਕਾਂ ਨੂੰ ਲਿਆ ਰਹੇ ਹੋ ਨਾ ਜੀ, ਤੇ ਮੈਂ ਇੱਕ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ। ਕਰੋ ਵੀ ਕੱਲ੍ਹ ਤੱਕ ਇੱਕ ਗਾਇਕ ਸੀ ਸਾਡਾ, ਹੈ ਵੈਸੇ ਸੰਸਾਰ 'ਚ ਹੈਗੇ ਨੇ ਜੀ,
ਦੇਖ ਸਾਡੀ ਉਹ ਰੂਹ ਦੀ ਖੁਰਾਕ ਲੈ ਕੇ ਨਹੀਂ ਆ ਰਿਹਾ ਨਾ, ਲਾਈਮ ਲਾਈਟ 'ਚ ਨਹੀਂ ਆਉਣੇ ਨਾ, ਲਾਈਮ ਲਾਈਟ 'ਚ ਨਹੀਂ ਹੈਗੇ ਅੱਜ ਕੱਲ੍ਹ ਉਹ ਪੂਰਾ ਦਿੱਲੀ ਨੂੰ ਵੱਖੋ ਵੱਖਰੀ ਬੀਨ ਵਜਾਬ ਜਾ ਦੱਸ ਰਹੇ ਨੇ, ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ। ਹਾਂ, ਉਹ ਉਹਨਾਂ ਦਾ ਇੱਕ ਗੀਤ ਹੁੰਦਾ ਸੀ, ਨਾ ਧੁੱਪ ਰਹਿਣੀ ਨਾ ਛਾਂ ਬੰਦੇ ਆ। ਹਾਂ ਹਾਂ ਹਾਂ, ਠੀਕ ਹੈ ਜੀ, ਇੱਥੇ ਰਹਿਣਾ ਰੱਬ ਦਾ ਨਾਂ ਬੰਦੇ, ਰੱਬ ਦਾ ਬੰਦੇ ਆ। ਅਤੇ ਜੇ ਉਹ ਵੀ ਸ਼ਖਸੀਅਤ ਜੀ ਜਿਹੜੀ ਇੱਕ ਪਾਕ ਪਵਿੱਤਰ ਸ਼ਖਸੀਅਤ ਮੰਨੀ ਜਾਂਦੀ ਸੀ, ਕਦੇ ਲੋਕਾਂ ਦੇ ਦਿਲਾਂ ਦਾ ਨਾਇਕ ਸੀ ਉਹ। ਹਾਂ, ਔਰ ਉਹ ਆਪ ਦੱਸਦੇ ਸੀ ਕਿ ਮੈਂ ਆਪਣੇ ਪਿੰਡੋਂ ਜਲੰਧਰ ਆਉਣ ਲਈ ਨਿੱਜੀ ਬੱਸ ਦੇ ਪਿੱਛੇ ਲਟਕੇ ਆਉਂਦਾ ਸੀ ਸੋਫੀ ਪਿੰਡ ਤੋਂ। ਠੀਕ ਹੈ ਜੀ, ਜੇ ਉਹਨਾਂ ਨੂੰ ਆਪਣਾ ਪਿਛੋਕੜ ਯਾਦ ਸੀ ਤੇ ਅੱਜ ਉਹ ਇੱਥੋਂ ਹਵਾਈ ਜਹਾਜ਼ ਰਾਹੀਂ ਉੱਥੇ ਚਲੇ ਜਾਂਦੇ ਨੇ। ਦਿਲ ਹੀ ਉਦਾਸ ਹੈ ਜੀ, ਦਿੱਲੀ ਦੀ ਆਬੋ ਹਵਾ ਦੇ ਵਿੱਚ ਉਹਨਾਂ ਦਾ ਸਾਹ ਘੁੱਟਦਾ ਜੀ, ਕਿਉਂਕਿ ਜਿਹੜਾ ਪਰਾਲੀ ਸੜਦੀ ਆ ਪੰਜਾਬ 'ਚ ਸੜਦੀ ਹੈ, ਲੇਕਿਨ ਜਿਹੜਾ ਸ਼ਖਸ ਇਸ ਮਿੱਟੀ 'ਚ ਪੈਦਾ ਹੋਇਆ ਜੀ, ਜੇ ਉਹਨੂੰ ਇੱਥੋਂ ਦੀ ਪਰਾਲੀ ਉਦੋਂ ਵੀ ਸੜਦੀ ਸੀ ਜਦੋਂ ਇੱਥੇ ਸੀ ਹੰਸ ਰਾਜ ਹੰਸ। ਸੋ ਇਹ ਸਿਰਫ ਉਦੋਂ ਹੀ ਆ ਜਦ ਤੱਕ ਸੱਤਾ ਦਾ ਜਿਹੜਾ ਛਤਰ ਆ ਨਾ ਉਹ ਕਿਤੇ ਧੌਣ ਦੇ ਆਲੇ ਦੁਆਲੇ ਘੁੰਮਦਾ। ਉਹ ਤਾਂ ਦੇਖੋ ਬੰਦਾ ਹੀ ਬੜਾ ਵਧੀਆ, ਉਹ ਕਹਿੰਦਾ ਜੀ ਲੋਕੋ ਮੈਂ ਪਾਕ ਮੁਹੱਬਤ ਆ, ਹੈ। ਸੋ ਇਹ ਪਾਕ ਮੁਹੱਬਤ ਦੀ ਗੱਲ ਆ, ਉਹਨਾਂ ਨੇ ਇੱਥੇ ਨਹੀਂ ਸਿਰੇ ਚੜ੍ਹੀ, ਮੁਹੱਬਤ ਦਿੱਲੀ ਕਿਆ ਨਾ ਲਾ ਲਈ, ਮਤਲਬ ਜੇ ਆਪਣੇ ਨਾਲ ਨਹੀਂ ਹੈ ਤੇ ਕਿਸੇ ਹੋਰ ਦੇ ਨਾਲ ਲਾ ਲਈ। ਅਸੀਂ ਅਗਲਾ ਸੈਗਮੈਂਟ ਦਿੱਲੀ ਤੇ ਕਰ, ਲੇਕਿਨ ਅਸਾ ਦਿੱਲੀ ਦਾ ਜ਼ਿਕਰ ਬੜੀ ਵਾਰੀ ਆਇਆ ਨਾ, ਅਗਲਾ ਸੈਗਮੈਂਟ ਵੀ ਅੱਜ ਦਿੱਲੀ ਤੇ ਹੀ ਕਰ। ਲੇਕਿਨ ਦੋਸਤੋ ਇੱਕ ਚੀਜ਼ ਜ਼ਰੂਰ ਯਾਦ ਹੈ ਕਿ ਵਾਰ ਵਾਰ ਅਸੀਂ ਇਸ ਸ਼ਬਦ ਨੂੰ ਨਾ ਦੁਹਰਾਈਏ ਕਿ ਜਦ ਤੱਕ ਸੱਚ ਨੂੰ ਸਿਆਹ ਕਰਨ ਵਾਲੀ ਸਿਆਸਤ ਇਸ ਸਮਾਜ 'ਤੇ ਭਾਰੂ ਆ, ਤਦ ਤੱਕ ਤੁਹਾਡਾ ਜਿਹੜਾ ਆ ਆਪਣੇ ਯਤਨ ਹੀ ਸਫਲ ਹੋ ਸਕਦੇ ਨੇ, ਕੋਈ ਤੁਹਾਡੀ ਬਾਂਹ ਫੜਨ ਲਈ ਤਿਆਰ ਨਹੀਂ ਜੇ। ਰਿਪੀਟ, ਸਿਰਫ 10 ਸੈਕਿੰਡ 'ਚ ਮੁਕਾਊਂਗਾ ਗੱਲ, ਕਿ ਸਿਆਸਤ ਦਾ ਜ਼ਿਕਰ ਹੀ ਅਸੀਂ ਇਕੱਲੀ ਦਾ ਤਾਂ ਕਰ ਰਹੇ ਹਾਂ ਕਿਉਂਕਿ ਸਭ ਮਰਜ਼ਾਂ ਇੱਥੋਂ ਹੀ ਤੁਰਦੀਆਂ ਅਤੇ ਸਭ ਇਲਾਜ ਵੀ ਇੱਥੋਂ ਹੀ ਨਿਕਲਣੇ ਆ। ਬਾਕੀ ਤੁਸੀਂ ਕਦੇ ਕਹੋ ਬੇਰੁਜ਼ਗਾਰੀ ਦੀ ਗੱਲ ਕਰੀਏ, ਕਿਹਦੇ ਦੁੱਖ ਛੇੜੀਏ, ਆਪਣਾ ਛੇੜਾਂ, ਸਰਦਾਰ ਜੀ ਦਾ ਛੇੜਾਂ, ਤੁਹਾਡੇ ਬੱਚੇ ਦਾ ਛੇੜਾਂ ਜਾਂ ਤੁਹਾਡਾ ਛੇੜਾਂ, ਕਿਹੜੇ ਦਰਦ ਦੀ ਗੱਲ ਕਰਾਂਗੇ, ਸਾਰੇ ਦਰਦ ਸਿਆਸਤ 'ਚੋਂ ਨਿਕਲਦੇ ਆ। ਸਿਆਹ ਸੱਤ, ਬਹੁਤ ਮਿਹਰਬਾਨੀ।